ਮੈਂ ਨਾ ਰਿਕੁਐਸਟ ਕਰਨੀ ਹੈ ਕਿ ਇੱਕ ਡਬ ਸਮੈਸ਼ ਮੇਰੇ ਨਾਲ ਵੀ ਬਣਾਉਣ, ਕਿਉਂਕਿ ਸਾਰੀਆਂ ਡਬ ਸਮੈਸ਼ ਇਹਨਾਂ ਦੀਆਂ ਅਲਟੀਮੇਟ ਹੁੰਦੀਆਂ, ਮਜ਼ਾ ਆ ਜਾਂਦਾ। ਅੱਛਾ, ਮੇਰੀ ਇੱਕ ਫਰੈਂਡ ਹੈ ਪਾਰੁਲ, ਉਹਨੇ ਮੈਨੂੰ ਕਿਹਾ ਕਿ ਇਸ ਭਾਜੀ ਨੂੰ ਸਪੈਸ਼ਲ ਕਹਿ ਦੇਣਾ ਕਿ ਮੈਨੂੰ ਤੁਹਾਡੇ ਪੇਜ ਬਹੁਤ ਵਧੀਆ ਲੱਗਦਾ। ਮੈਂ ਕਿਹਾ ਜੇ ਮੈਂ ਕੋਸ਼ਿਸ਼ ਹੈ ਕਿ ਮੈਂ ਇੱਕ ਵੀਡੀਓ ਬਣਾਵਾਂਗਾ ਕਿ ਭਾਜੀ ਤੁਹਾਡਾ ਥੈਂਕਸ ਕਰ ਦੇਣਗੇ ਕਿ ਥੈਂਕਸ ਤੁਹਾਡਾ ਕਬੂਲ ਕਰ ਲਿਆ, ਠੀਕ ਹੈ, ਤੁਹਾਡੇ ਵਾਸਤੇ ਸਪੈਸ਼ਲ ਵੀਡੀਓ ਆਉਣ ਵਾਲੀ ਹੈ ਨਾ। ਠੀਕ ਹੈ ਭਾਜੀ, ਤੁਹਾਡਾ ਨੰਬਰ ਆਪਾਂ ਥੋੜ੍ਹੀ ਲੇਟ ਲਾਉਣਾ, ਠੀਕ ਹੈ, ਪਹਿਲੇ ਤੁਸੀਂ ਥੋੜ੍ਹਾ ਜਿਹਾ ਇੰਜੋਏ ਕਰੋ, ਪਹਿਲੇ ਆਪਾਂ ਤੁਹਾਡੇ ਯਾਰਾਂ ਦਾ ਨੰਬਰ ਲਾਉਣੇ ਆ। ਠੀਕ ਹੈ ਭਾਜੀ, ਉਹਨਾਂ ਦੇ ਨਾਲ ਆ ਜਾਓ ਵੀ ਸਾਰੇ ਯਾਰ। ਭਾਜੀ ਬੜਕ ਮਾਰਨੀ ਤੁਸੀਂ, ਬੜਕ ਬੜਕ ਲੱਗਣੀ ਚਾਹੀਦੀ ਜਿੱਦਾਂ, ਹੈ ਨਾ, ਸ਼ਗਨ ਹੁੰਦਾ ਯਾਰ, ਉਹ ਯਾਰ ਤੁਹਾਡੇ ਸ਼ਹੀਦ ਹੋਣ ਲੱਗਾ, ਤੁਸੀਂ ਨੀ ਕਰਦੇ। ਚਲੋ ਠੀਕ ਹੈ, ਮਤਲਬ ਸਭ ਤੋਂ ਜ਼ਿਆਦਾ ਵਧੀਆ ਕਿਹੜੇ ਬੜਕ ਮਾਰੀ ਹੈ? ਭੰਗੜਾ ਡੈਡੀਕੇਟ ਕਰਨਾ ਇੱਥੋਂ ਰਾਈਟ ਨਾਓ ਇਨ ਫਰੰਟ ਆਫ ਸ਼ੈਂਪੀ ਭਾਜੀ। ਠੀਕ ਹੈ ਭਾਜੀ, ਤੁਸੀਂ ਸਾਹਮਣੇ ਆ ਜਾਣਾ ਸਟੇਜ ਦੇ, ਜ਼ਿੰਦਾਬਾਦ ਜਾ ਰਹੀਆਂ। ਹੇਅਰ ਵੀ ਗੋ। ਸ਼ੈਂਪੀ ਭਾਜੀ ਨਾਲ ਕਿ ਕਿਹੜੀ ਏਦਾਂ ਦੀ ਗੱਲ ਹੈ ਜਿਹੜੀ ਇਹਨਾਂ ਦੀ ਸਭ ਤੋਂ ਵਧੀਆ ਗੱਲ ਸੀ, ਤੇ ਉਸ ਤੋਂ ਬਾਅਦ ਕੱਲ ਨੂੰ ਜਿਹੜੇ ਸਾਡੇ ਆਉਣ ਵਾਲੇ ਭਾਬੀ ਜੀ ਉਹਨਾਂ ਨੂੰ ਕੋਈ ਫਰਕ ਨਾ ਪਵੇ, ਹੈਨਾ, ਮੁੰਡਾ ਪੂਰਾ ਫਿਲਟਰ ਕਰਕੇ ਭੇਜਣਾ ਆਪਾਂ, ਭੇਜਣਾ ਨੀ ਮਤਲਬ ਕਿ ਭਾਬੀ ਨੂੰ ਫਿਲਟਰ ਕਰਕੇ ਲਿਆਉਣਾ ਆਪਾਂ। ਠੀਕ ਹੈ, ਇਹ ਚੀਜ਼ ਦੱਸਣੀ, ਇੱਕ ਚੰਗੀ ਗੱਲ ਇੱਕ ਮਾੜੀ। ਠੀਕ ਹੈ, ਧਿਆਨ ਨਾਲ ਭਾਜੀ, ਕੁਝ ਹੱਥ ਚ ਫੜਿਆ ਤੇ ਨੀ ਕੁਛ, ਪਰ ਮਾਰ ਮੂਰ ਦੋ ਤੁਸੀਂ। ਪਹਿਲੇ ਤੁਹਾਡੀ ਵਾਰੀ ਭਾਈ, ਸਾਰੀਆਂ ਗੱਲਾਂ ਵਧੀਆ ਆ, ਕੋਈ ਆਹ ਤੇ ਬੇਚਾਰਾ ਡਰ ਗਿਆ ਪਹਿਲੇ ਹੀ, ਆਹ ਪਹਿਲੇ ਡਰ ਗਿਆ ਯਾਰ, ਵਾਹ ਭਰਾਵਾ ਇਹਦਾ ਗੁੱਸਾ ਬੜਾ ਜ਼ਿਆਦਾ ਵਾ। ਚਲੋ ਇੱਕ ਵਧੀਆ ਗੱਲ ਅੱਛਾ ਦੱਸਣੀ ਹੈ ਕਿ ਬਹੁਤ ਵਧੀਆ ਬੰਦਾ ਭਾਜੀ, ਠੀਕ ਹੈ, ਮੋਦੀ ਸਾਹਿਬ ਨੂੰ ਜਿੱਤਾਂ ਦੇ ਵਿੱਚ ਇਹਨਾਂ ਦਾ ਹੱਥ ਸੀਗਾ, ਇੱਦਾਂ ਦੀ ਗੱਲਾਂ ਕਰਨੀਆਂ। ਠੀਕ ਹੈ, ਮਤਲਬ ਇੱਕ ਗੱਲ ਦੱਸਣੀ ਆ ਕਿ ਆਹ ਗੱਲ ਹੈ ਕਿ ਬਾਈਕ ਬੜੇ ਧਿਆਨ ਨਾਲ ਚਲਾਉਂਦੇ ਆ ਤੇ ਬੜਾ ਖਿਆਲ ਰੱਖਦੇ ਆ, ਘਰਦਿਆਂ ਦਾ ਬੜਾ ਖਿਆਲ ਰੱਖਦੇ ਆ, ਪਹਿਲਾਂ ਘਰ ਇੱਦਾਂ ਕੁਛ ਗੱਲ ਦੱਸਣੀ ਹੈ। ਠੀਕ ਹੈ, ਜਦੋਂ ਆਪਾਂ ਸਾਰੇ ਭਰਾ ਕਿਤੇ ਮਿਲ ਕੇ ਜਾਈਦੇ, ਪੂਰੀ ਰਿਸਪੋਂਸਿਬਿਲਿਟੀ ਸੰਭਾਲਦਾ ਪੂਰੇ। ਅੱਛਾ, ਉਹ ਮੈਂ ਜਿਹੜੀ ਗੱਲ ਕਰਦੀ ਉਹਨੇ ਸਾਰੇ ਭਰਾ ਮੈਨੂੰ ਰਿਸਪੋਂਸੀਬਿਲਟੀ ਸਾਂਭਦਾ, ਸਾਰਿਆਂ ਦੀਆਂ ਟੀ ਸ਼ਰਟਾਂ ਨਿੱਕਰਾਂ ਬਣਾਉਣਾ ਸਭ ਦਿਖਾਉਣ ਵਾਲੇ ਕੋਲ, ਮਤਲਬ ਕਿਸ ਤਰ੍ਹਾਂ ਦੀ ਰਿਸਪੋਂਸੀਬਿਲਟੀ ਉਹ ਗੱਲ ਦੱਸਣੀ ਹੈ।
ਥੋੜੇ ਦਿਨ ਰੁਕ ਜਾਓ, ਠੀਕ ਹੈ ਤੁਸੀਂ ਭਾਜੀ? ਭਾਜੀ ਜਿੱਦਾਂ ਪਤਾ ਹੀ ਪਿਆ ਹੈਗਾ ਕਿ ਮਿਲਦਾ ਘੱਟ ਹੈਗਾ, ਪਰ ਇਹ ਦਿੱਲੀ ਰਹਿੰਦੇ ਇਹ ਭਾਜੀ ਕਿਹਾ, ਜਿੱਦਾਂ ਕਿ ਇਹਨਾਂ ਨੇ ਕਿਹਾ, ਜਿੱਦਾਂ ਕਿ ਇਹਨਾਂ ਨੇ ਤੁਹਾਡਾ ਨਾਮ ਪਹਿਲੇ ਆ, ਮੇਰਾ ਰਿਤੇਸ਼ ਹੈ। ਰਿਤੇਸ਼ ਭਾਜੀ ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਿਣਾ ਚਾਹੁੰਦਾ ਜਿੱਦਾਂ ਪ੍ਰਤੀਕ ਭਾਈ ਦਿੱਲੀ ਤੋਂ ਹੈਗੇ ਠੀਕ ਹੈ, ਤਾਂ ਵਿਆਹ ਦੇ ਬਾਅਦ ਵੀ ਉੱਦਾਂ ਹੀ ਆਉਂਦਾ ਰਹੇ, ਆਪਾਂ ਮਜ਼ੇ ਕਰਦੇ ਰਹੀਏ। ਕਿਆ ਬਾਤ ਹੈ ਭਾਜੀ, ਮਤਲਬ ਕਿ ਪੰਜਾਬ ਵਾਲੇ ਦੋਸਤ ਰਹਿੰਦੇ ਨੇ, ਇਹ ਜਿਹੜੇ ਹਿਮਾਚਲ ਵਾਲੇ ਦੋਸਤ ਪੱਕਾ ਰਹਿ ਲੈਣ, ਗੇੜਾ ਪੱਕਾ ਹੈਗਾ, ਹੈ ਨਾ? ਅੱਛਾ ਇੱਕ ਮਾੜੀ ਗੱਲ, ਮਾੜੀ ਗੱਲ ਤਾਂ ਕੋਈ ਨੀ ਹੈਗੀ, ਕਿਆ ਬਾਤ ਹੈ ਮਾੜੀ ਗੱਲ ਹੈ ਹੀ ਨੀ ਕੋਈ ਬੰਦੇ ਹੈ। ਤੁਹਾਡੀ ਭਾਜੀ ਵਾਰੀ। ਹਾਂਜੀ, ਏਦਾਂ ਕਿ ਵੀਰ ਮੇਰਾ ਬਹੁਤ ਜ਼ਿਆਦਾ ਹੈਲਪਫੁਲ ਆ, ਅਤੇ ਜਿੱਥੇ ਮੈਨੂੰ ਲੋੜ ਪੈਂਦੀ ਆ ਹਮੇਸ਼ਾ ਸਟੈਂਡ। ਅੱਛਾ ਇਹ ਉਹ ਬੰਦਾ ਯਾਰ ਸ਼ੈਂਪੀ ਵੀਰੇ, ਉਹ ਦਹੀਂ ਯਾਰ 500 ਰੁਪਏ, ਇਹ ਉਹ ਬੰਦਾ ਹੈ ਕਹਿੰਦੇ ਹੈਲਪਫੁਲ ਬਹੁਤ ਆ, ਹੈਲਪ ਸਭ ਤੋਂ ਜ਼ਿਆਦਾ ਤਾਂ ਇਹੀ ਚੀਜ਼ ਹੁੰਦੀ ਆ। ਚਲੋ ਜੋਕਸ ਪਾਰਟ, ਹੋਰ ਕਿਹੜੀ ਗੱਲ ਭਾਜੀ? ਹੋਰ ਬਸ ਇਹ ਹੈ ਕਿ ਵੀਰ ਵਧੀਆ ਬਹੁਤ ਘੈਂਟ ਵੀਰਾ, ਘੈਂਟ ਵੀਰਾ ਬਹੁਤ ਜ਼ਿਆਦਾ। ਮਾੜੀ ਗੱਲ? ਮਾੜੀ ਗੱਲ ਮੈਨੂੰ ਅੱਜ ਤੱਕ ਜਿਹੜਾ ਤੁਸੀਂ ਪੁੱਛ ਰਹੇ ਹੋ ਮੈਨੂੰ ਨਹੀਂ ਲੱਗਦੀ ਕੋਈ ਮਾੜੀ ਗੱਲ ਹੈ। ਥੱਪੜ ਪੈਂਦੇ ਹੋਈ ਤੁਸੀਂ ਪੁੱਛਣਾ, ਮੈਂ ਦੱਸਦਾ ਨੀ ਪਿਆ, ਨਹੀਂ ਕੋਈ ਗੱਲ ਹੈ, ਉਹ ਤਾਂ ਚਲੋ ਛੋਟਾ ਤੇ ਕਦੇ ਕਦੇ ਪੈਂਦੀ, ਮੈਨੂੰ ਸਾਰਿਆਂ ਤੋਂ ਪੈਂਦੀ, ਅਜੇ ਕੋਈ ਗੱਲ ਨੀ ਹੈਗੀ। ਅੱਛਾ ਮਾੜੀ ਗੱਲ ਕੋਈ ਨੀ ਹੈਗਾ, ਬੱਕੀ ਸਜਾ ਦਿੰਦਾ ਮੈਨੂੰ ਨੀ ਪਤਾ, ਬਾਅਦ ਚੋਂ ਜਾ ਕੇ ਸਾਨੂੰ ਕੁੱਟੇਗਾ। ਚਲੋ ਠੀਕ ਹੈ ਯਾਰ, ਥੈਂਕ ਯੂ ਸੋ ਮਚ, ਤੁਸੀਂ ਸਾਰੇ ਬਹੁਤ ਹੀ ਵਧੀਆ ਬੰਦੇ, ਤੇ ਤੁਹਾਡੀ ਤਿਆਰੀਆਂ ਏਦਾਂ ਹੀ ਜ਼ਿੰਦਾਬਾਦ ਰਹਿਣ, ਤੇ ਬਾਕੀ ਯਾਰ ਉਧਰ ਵੀ ਹੈਗੇ ਉਹਨਾਂ ਫੋਲੋਡ ਬਾਏ ਦਾ ਮਾੜੀ ਗੱਲ। ਓਕੇ, ਮਾੜੀ ਗੱਲ ਤਾਂ ਕੋਈ ਹੈ ਨਹੀਂ ਇੱਥੇ, ਮਾੜੀ ਗੱਲ ਪਹਿਲੇ ਹੀ ਨਹੀਂ ਹੈਗੀ, ਕਿਉਂ ਫਵਾਦਾ ਯਾਰ, ਹੀਰਾ ਬੰਦਾ, ਠੀਕ ਹੈ? ਇੱਕ ਚੰਗੀ ਗੱਲ ਫਿਰ, ਬੰਦਾ ਘੈਂਟ ਬੰਦਾ ਅੱਟ ਹੈ ਨਾ। ਚਲੋ ਠੀਕ ਹੈ ਭਾਜੀ, ਤੁਹਾਡੀ ਵਾਰੀ। ਅੱਛਾ ਇਦਾਂ ਬੜਾ ਹੁੰਦਾ ਯਾਰ, ਮਾਈਕ ਟੈਸਟਿੰਗ, ਹਾਂਜੀ, ਬੰਦਾ ਬੜਾ ਵਧੀਆ ਪੈਦਲ ਹੈ ਇਹ ਭਾਈ ਬੜ ਕੇ। ਹਾਂਜੀ ਭਾਜੀ, ਮਤਲਬ ਇੱਕ ਚੰਗੀ ਗੱਲ ਮਤਲਬ ਜਦੋਂ ਖਾਲੀ ਉਹੀ ਭਰ ਦਿੰਦੇ, ਦੂਜੀ ਦਿਨ ਨਵੀਂ ਨੀ ਲੈਣੀ, ਉਹ ਭਰ ਦੇਣੀ ਹੈਗੀ ਭਾਵੇਂ ਪਾਣੀ ਨਾ ਭਰ ਦੇਣ। ਮੁੰਡੇ ਬੀਬੀ ਕਿਆ ਹੋ ਫਿਰ ਥੱਲੇ, ਔਰ ਕਿਆ ਹੋ ਮੈਨੂੰ ਬਤਾਨਾ ਥਾ, ਬਤਾਓ ਕਹਾਂ ਆਊਂ। ਠੀਕ ਹੈ, ਮੁੰਡਾ ਕੋਈ ਪਾ ਦੇਣਾ, ਫੀਲਿੰਗ ਸੋ ਸੈਡ, ਉਹ ਬੰਦ ਰਹੇ ਜਾ ਤੇਰੀ ਸ਼ਕਲ ਨਹੀਂ ਚੰਗੀ, ਗੱਲ ਤੇ ਚੰਗੀ ਕਰ ਲੈਗਾ। ਕੋਈ ਸਪੋਰਟ ਨਹੀਂ ਹੈਗੀ ਮੁੰਡਿਆਂ ਨੂੰ, ਪਰ ਤੁਹਾਡੀ ਸਪੋਰਟ ਦੇਖ ਕੇ ਮੈਨੂੰ ਬੜਾ ਮਜ਼ਾ ਆਇਆ। ਠੀਕ ਹੈ, ਤੇ ਭਾਜੀ ਤੁਹਾਡੇ ਕੋਲ ਪੁੱਛਣਾ ਚਾਹੂੰਗਾ, ਸਾਰਿਆਂ ਵਾਸਤੇ ਇੱਕ ਲਾਈਨ 'ਚ ਕੁਛ ਕਹਿਣਾ,
ਸਾਰੇ ਭਰਾ ਨਾਲ ਖੜੇ ਆ, ਠੀਕ ਹੈ। ਇੱਕ ਇੱਕ ਲਾਈਨ 'ਚ ਸਾਰੇ ਵਾਸਤੇ ਕੁਛ ਕਹਿਣਾ, ਕਿਉਂਕਿ ਕਿਸੇ ਨੇ ਮਾੜੇ ਵਾਰ ਤੁਹਾਡੇ ਕੁਛ ਕਿਹਾ ਹੀ ਨਹੀਂ, ਕਿ ਮੈਂ ਪਰਸਨਲੀ ਕਹਾਂਗੇ ਇਹਨਾਂ ਬਾਰੇ ਕੀ ਵਿਚਾਰ ਨਹੀਂ ਤੁਹਾਡਾ, ਤੁਹਾਨੂੰ ਮਾੜਾ ਕਹਿ ਰਹੇ ਨੇ, ਠੀਕ ਹੈ, ਕੀ ਕਹਿਣਾ ਚਾਹੋਗੇ? ਮੈਂ ਹੁਣੀ ਥੋੜ੍ਹੀ ਦੇਰ ਪਹਿਲਾਂ ਤੁਸੀਂ ਗਾਣੇ ਦੇ ਮੁੰਡਿਆਂ ਨੂੰ ਨਚਾਇਆ ਵੀ ਜਿੰਦਾਬਾਦ ਰਹਿਣ ਬਿਲੋ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟ ਨਹੀਂ, ਬਸ ਇਹ ਐਸੇ ਹੀਰੇ ਯਾਰ ਆ ਜਿੰਨਾ ਕਰਕੇ ਜਿਉਂਦਾ ਜੱਟ ਨਹੀਂ। ਕਿਆ ਬਾਤ ਹੈ, ਕਿਆ ਬਾਤ ਹੈ, ਐਵੇਂ ਨੀ ਮੁੰਡੇ ਦਾ ਪੇਜ ਫੇਸਬੁੱਕ ਤੇ ਇੰਨੇ ਲਾਈਕ ਮਿਲ ਮਿਲਦੇ ਹਨਾ, ਗੱਲਾਂ ਬਾਤਾਂ ਪੂਰੀਆਂ ਨੇ। ਚਲੋ ਠੀਕ ਹੈ, ਅੱਛਾ ਹੁਣ ਸ਼ਰਾਬੀਏ ਦਿਲ ਹੋ ਗਿਆ ਸੰਭਾਲੋ ਮੁਝਕੋ ਓ ਮੇਰੇ ਯਾਰੋ, ਬੜਾ ਮੁਸ਼ਕਿਲ ਹੋ ਗਿਆ ਗੁਲਾਬੀ ਆਂਖੇ ਜੋ ਤੇਰੀ ਦੇਖੀ, ਸ਼ਰਾਬੀਏ ਦਿਲ ਹੋ ਗਿਆ ਸੰਭਾਲੋ ਮੁਝਕੋ ਓ ਮੇਰੇ ਯਾਰੋ, ਸੰਭਲਣਾ ਮੁਸ਼ਕਿਲ ਹੋ ਗਿਆ। ਮੈਂ ਮਾਰ ਲਾ ਖੇੜੀ ਸਹੀ ਸੀ ਨਾ, ਏਦਾਂ ਦੀ ਮੁੰਡਾ ਨਾ ਪੀ ਏ ਪੀ ਗਰਾਊਂਡ ਲਿਆਉਣਾ ਪ੍ਰਤੀਕ ਭਾਈ, ਜਾਂ ਤਾਂ ਸਿਹਤ ਜ਼ਿਆਦੀ ਹੈ ਤਾਂ ਡਰ ਕੇ ਕਹਿੰਦੇ ਸਾਰੇ ਹੈ ਨਾ। ਅੱਛਾ ਆਲ ਰਾਊਂਡਰ ਹੈਗੇ ਹੈ, ਕਿਆ ਬਾਤ ਹੈ, ਆਲ ਰਾਊਂਡਰ ਕੋ ਕਰਾਉਂਦੇ ਆਪਾਂ ਕੁਛ, ਠੀਕ ਹੈ। ਇੱਕ 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 ਸਿੰਗਲ ਭੰਗੜਾ ਪਰਫਾਰਮੈਂਸ ਮੋਰਲ ਟਾਊਨ ਜਾਓਗੇ? ਉਹ ਕਹਿੰਦਾ ਹਾਂਜੀ ਜਾਏਂਗੇ ਜੀ। ਕਿੰਨੇ ਪੈਸੇ ਲੋਗੇ? 150 150। ਇਸ ਕਰਕੇ ਹਿੰਦੀ ਬੋਲੀ ਜਾਂਦੀ, ਪੰਜਾਬੀ ਤਾਂ ਬਈ ਨਿਕਲ ਜਾਂਦੀ ਹੈ ਨਾ, ਐਸੇ ਹੁੰਦਾ। ਅਬ ਫਾਈਨਲੀ ਬਤਾਓ ਕੌਣ ਸਾ ਸੌਂਗ? ਨੱਚਦੇਂਗੇ ਸਾਰੇ ਬਨ ਠਣ ਕੇ, ਰਾਈਟ ਬਾਜੀ? ਸੋ 3 2 1 ਰਵਲੀਨ ਇਜ਼ ਹੇਅਰ, ਹੇਅਰ ਵੀ ਗੋ। ਮੁੰਡਾ ਥੋੜਾ ਆਫ ਬੀਟ ਹੈ ਪਰ ਕੁੜੀਆਂ ਦੇ ਨਾਲ ਬਹੁਤ ਸਵੀਟ ਹੈ। ਮੁੰਡਾ ਥੋੜਾ
much. Oh, kya band kiya. Chhodna bhi ki glass. Oh, cow boy. Kuch bhi kehne ikatthe. Aa jao. Make a circle. Jaldi se idhar aao. Jaldi 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 jaldi. Theek hai? Shampoo ji, just for you. Kehne ki kahi yaar, hun da so rahe hain. ਹੋਰ ਕੀ ਕਹਿ ਦੀਏ ਯਾਰ ਦੱਸੋ, ਆ ਤੇ ਗਏ ਹੋ, ਮੈਂ ਡਰੈਸ ਤੇ ਆਪਣੇ 5000 ਲਾਤਾ, ਹੁਣ ਮੈਂ ਕਹਾਂ ਵੀ ਚਲੀ ਠੀਕ ਹੈ। ਅੱਛਾ ਅੱਛਾ, ਇੱਕ ਮਿੰਟ ਲੈ ਲਓ, ਇੱਕ ਮਿੰਟ ਲੈ ਲਓ, ਇੱਕ ਮਿੰਟ ਲੈ ਲਓ, ਕੋਈ ਬਾਤ ਨਹੀਂ, ਜਦ ਤੱਕ ਮੈਂ ਆਪਕੇ ਪਾਸ ਆਤਾ ਹੂੰ। ਅੱਛਾ ਇੱਕ ਹੋਰ ਗੱਲ ਹੈ, ਲੈਂਗੁਏਜ ਦਾ ਬੜਾ ਡਿਫਰੈਂਸ ਹੈ, ਠੀਕ ਹੈ, ਕਿਹੜੀ ਭਾਸ਼ਾ 'ਚ ਕੀ ਕਹਿਣਾ ਹੈ। ਹੁਣ ਕਿਸੇ ਹਿੰਦੀ 'ਚ ਕਹਿ ਦਿਓ ਆਪਣੀ ਵਾਈਫ ਨੂੰ ਕਿ ਤੂੰ ਹਥਿਆਰਨ ਲੱਗ ਰਹੀ ਹੈ ਨਾ। ਦੇਖ ਲਓ, ਜੇ ਤੁਸੀਂ ਕਿਸੇ ਹਸਬੈਂਡ ਨੇ ਕਹਿਤਾ ਉਹਨੂੰ ਇੱਕ ਦਿਨ ਰੋਟੀ ਨਹੀਂ ਮਿਲਣੀ ਬਿਲਕੁਲ, ਇੱਕ ਦਿਨ ਕੀ ਸਾਰੀ ਜ਼ਿੰਦਗੀ ਵੀ ਹੈ ਨਾ। ਪਰ ਜੇ ਉਹਨੂੰ ਉਰਦੂ 'ਚ ਕਹਿ ਦਿਓ ਆਜ ਤੋ ਤੁਮ ਕਾਤਿਲ ਲੱਗ ਰਹੀ ਹੋ, ਹੈ ਨਾ, ਹੁਣ ਕਾਤਿਲ ਲੱਗ ਰਹੀ ਹੈ, ਉਹ ਨਾਲ ਚਾਹ ਤੇ ਨਾਲ ਪਕੌੜੇ ਪੱਕੇ। ਇੰਗਲਿਸ਼ ਬੇਬੀ ਯੂ ਆਰ ਲੁਕਿੰਗ ਕਿਲਰ, ਓ ਮਾਈ ਗੋਡ, ਫਿਰ ਤਾਂ ਮੈਂ। ਅੱਛਾ ਹਾਂਜੀ, ਹੁਣ ਹੋ ਗਏ ਰੈਡੀ ਤੁਸੀਂ? ਰੈਡੀ, ਚਲੋ ਠੀਕ ਹੈ, 3, 2, 1। ਛੋਟੇ ਛੋਟੇ ਭਾਈਓ ਕੇ ਬੜੇ ਭਈਆ, ਆਜ ਬਣੇਗੇ ਕਿਸੇ ਕੇ ਸਈਆ, ਢੋਲ ਨਗਾੜੇ ਬਜ ਸ਼ਹਿਨਾਈਆ, ਰਾਮ ਜੀ ਵਿਆਹੇ ਚਲ ਸੀਤਾ ਮਈਆ। ਹੁਣ ਇਹਦੇ ਨਾਲ ਵਧੀਆ ਕੁਛ ਨਹੀਂ ਹੋ ਸਕਦਾ ਸੀ ਭਾਜੀ, ਇਹਦੇ ਨਾਲ ਵਧੀਆ ਕੁਛ ਨਹੀਂ ਹੋ ਸਕਦਾ ਸੀਗਾ। ਦੇਖ ਲਓ, ਆਪਾਂ ਟਾਈਮ ਦੇਣਾ ਗਲਤ ਨਹੀਂ ਸੀਗਾ, ਟਾਈਮ ਦਿੱਤਾ ਤੇ ਕਿੰਨਾ ਵਧੀਆ ਪਰਫਾਰਮ ਕੀਤਾ, ਠੀਕ ਹੈ। ਔਰ ਅਬ ਸਭ ਨੇ ਮਿਲ ਕੇ, ਠੀਕ ਹੈ, ਅਬ ਮੁਝੇ ਬਤਾਓ ਕਿ ਕੌਣ ਸਾ ਗਾਣਾ ਪਲੇ ਕੀਆ ਜਾਏ, ਹੈ ਪਿਆਰ ਤੇ ਚੱਲੋ।
कितने अच्छे स्टेप कर रहे थे और सभी सभी बहुत अच्छे लग रहे थे यार, मजा आ गया, थैंक यू सो मच। और अब आप अपनी जगह ले सकते हैं। अच्छा मुझे एक बात तो बताई नहीं आपने, आप सब में से बढ़िया सिंगर कौन है? अच्छा ये बड़ा फायदा एंकरिंग का, एक बार गल कह दो फसाने वाले बोल दे ए आ वाला, ठीक है एक होता ना एक होता वो वाला गा लेंगे, ठीक है राइट। सो तो वो होगी राइट, रेडी उसके लिए, ठीक है। लेकिन उसके लिए मुझे पहले आपकी एनर्जी चेक करनी होगी। नहीं नहीं पहले हम गाना सुनेंगे, ठीक है मैम। आपका नाम पहले? शीना मैम। शीना मैम कौन सा सॉन्ग गाना चाहेंगे? कॉकरोच की कौन तुझे यूं प्यार करेगा जैसे मैं करती हूँ। अच्छा मैम कहते ओके मोहब्बत करो ना मैं भूल न जाऊं कहीं, वापस किनारे पे आना मैं भूल न जाऊं कहीं, देखा जब से चेहरा तेरा मैं तो हफ्तों से सोई नहीं, जो है छिपा मैं किसी से कहूंगी नहीं, बोल दो ना जरा दिल में जो है छिपा मैं किसी से कहूंगी नहीं। अच्छा माइक को मिला, शानदार लगते चलो भाजी रॉक द स्टेज। सारे मेहमानों आया हुआ मेरे वालों प्यार भरी सत श्रीकाल। सब तो वड्डा एक मेरे लिए हैरानी वाली गल जी सैंपी भाजी ने परसनली मैं क्योंकि जेडे इन्हों हम सफर आ वो मेरे कॉलेज मेट ने मेरे सीनियर ने मैं उन्होंने परसनली जानता तो एक बार इस कपल के नाते ताड़ी कट्ठिया की बतीत हो। सो छोटी जी हाजरी कबूल करो क्योंकि मेरे को समा थोड़ा जहा घट आ, इस तो बाद मैं मुंबई निकल गया तो कि मेरा साथ दियो बस टमाटर आंडियां का परहेज करियो जे पसंद पसंद ना आया जे। एक छोटा जिहा गाना भाजी नूं डेडिकेट क्योंकि भाई की मैरिज क्लोज आ रही है ते कहिंदा ओ वी चुन्नियां नूं घोटे लगवाउंदी होणियां तलियां ते मेहंदी ना मोर पौंदी होणियां ओ मेरी चढ़ के जन जानी यार ने खोलिया प्यार दा बूहा गल सुन ले दर्जी आए मैनू कुड़ता सियों दे सूहा गल सुन ले दर्जी आए मैनू कुड़ता सियों दे सूहा। सो एक दो गाने भाजी थोड़े वालों रोमेंटिक तुहानू दोवां नू डेडिकेट आ, अज वो तो चलो खैर इत्थे है नहीं गे पर थोड़े वालों कहिंदा
ਇੱਕ ਝਲਕ ਦਿਖਾ ਕੇ ਤੁਰ ਜਾਵੀ ਅਸੀਂ ਦਿਲ ਦਾ ਫਰਸ਼ ਬਣਾਇਆ ਏ ਇੱਕ ਕਦਮ ਟਿਕਾ ਕੇ ਤੁਰ ਜਾਵੀ ਮੇਰਾ ਸਾਥ ਦਿਓ ਜੇ ਮੇਰੇ ਵਸ ਹੋਵੇ ਅੱਖੀਆਂ ਵਿੱਚ ਆ ਕੇ ਮੈਂ ਇਹ ਚੰਦਰੀ ਦੁਨੀਆ ਤੋਂ ਰੱਖ ਲਵਾਂ ਲੁਕਾ ਕੇ ਮੈਂ ਨਾ ਦਿਲ ਦੀ ਕਹਿ ਹੋਵੇ ਨਾ ਦੂਰੀ ਸਹਿ ਹੋਵੇ ਕੋਸ਼ਿਸ਼ ਮੈਂ ਕਰਦੀ ਹਾਂ ਤੈਨੂੰ ਹਾਲ ਸੁਣਾਉਣ ਲਈ ਇੱਕ ਰੀਝ ਅਧੂਰੀ ਏ ਤੈਨੂੰ ਸੀਨੇ ਲਾਉਣ ਲਈ ਤੇਰਾ ਨਾਮ ਤਰਸਦਾ ਏ ਬੁੱਲਾਂ ਤੇ ਕੁਦਰਤ ਨੇ ਖੇਲ ਰਚਾਇਆ ਸੀ ਜਦ ਆਪਣਾ ਮੇਲ ਕਰਾਇਆ ਸੀ ਤਾੜੀਆਂ ਸਾਰੇ ਬਿਜਲੀ ਦਿਲ ਮੇਰੇ ਤੇ ਵਰ ਗਈ ਸੀ ਕੁਝ ਹੋਇਆ ਸੀ ਦਿਲਦਾਰ ਮੈਨੂੰ ਪਿਆਰ ਤਾਂ ਉਦੋਂ ਹੀ ਹੋ ਗਿਆ ਸੀ ਜਦ ਵੇਖਿਆ ਪਹਿਲੀ ਵਾਰ ਤੈਨੂੰ ਮੈਨੂੰ ਪਿਆਰ ਤਾਂ ਉਦੋਂ ਹੀ ਹੋ ਗਿਆ ਸੀ ਜਦ ਵੇਖਿਆ ਪਹਿਲੀ ਵਾਰ ਤੈਨੂੰ ਮੈਨੂੰ ਨੀਂਦ ਨਾ ਆਵੇ ਰਾਤਾਂ ਨੂੰ ਮੈਨੂੰ ਚੈਨ ਨਾ ਆਵੇ ਰਾਤਾਂ ਨੂੰ ਨੀਂਦ ਨਾ ਆਵੇ ਮੈਨੂੰ ਚੈਨ ਨਾ ਆਵੇ ਤੇਰੀ ਪਲ ਪਲ ਯਾਦ ਸਤਾਵੇ ਦਿਨ ਰਾਤ ਸੋਹਣਿਆ ਵੇ ਤੇਰੀ ਯਾਦ ਸਤਾਵੇ ਦਿਨ ਰਾਤ ਸੋਹਣਿਆ ਵੇ ਤੇਰੀ ਯਾਦ ਸਤਾਵੇ ਤੇਰੇ ਬਿਨਾਂ ਜੀਣ ਦੀ ਗੱਲ ਬੜੀ ਔਖੀ ਲੱਗਦੀ ਖਾਰੇ ਹੰਝੂ ਪੀਣ ਦੀ ਗੱਲ ਬੜੀ ਔਖੀ ਲੱਗਦੀ ਇਹ ਦੂਰੀਆਂ ਮਿਟਾ ਦੇ ਸੋਹਣਿਆ ਵੇ ਆ ਜਾ ਛੇਤੀ ਆਵੇ ਸੋਹਣਿਆ ਤੇਰੇ ਬਿਨਾਂ ਜੀਣ ਦੀ ਗੱਲ ਬੜੀ ਔਖੀ ਲੱਗਦੀ ਹੋ ਨਾ ਹੋਏ ਪਿਆਰ ਤੇਰੇ ਦਾ ਅਸਰ ਹੈ ਤੁਹਾਨੂੰ ਆਉਂਦੀ ਨੀਂਦ ਭਾਜੀ ਆਉਂਦੀ ਹੁਣ ਜੋ ਮੈਨੂੰ ਨੀਂਦ ਰਾਤ ਆਵੇ ਨਾ ਅੱਖੀਆਂ ਦੇ ਵਿੱਚ ਘੁੰਮਦਾ ਸੋਹਣਾ ਚਿਹਰਾ ਦਿਲ ਜੋ ਮੇਰਾ ਚੈਨ ਜ਼ਰਾ ਵੀ ਪਾਵੇ ਨਾ ਹੋ ਨਾ ਹੋਏ ਪਿਆਰ ਤੇਰੇ ਦਾ ਅਸਰ ਹੈ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ ਇਹ ਹਵਾ ਵੀ ਦੋਸਤ ਮੇਰੀ ਬਣ ਗਈ ਏ ਬੋਲਾਂ ਕਣੀਆਂ ਨਾਲ ਜਦੋਂ ਬਰਸਾਤ ਹੋਈ ਮੇਰੇ ਕਹਿਣ ਤੇ ਰੋਸ਼ਨੀ ਵੀ ਜਨ ਦੇਣ ਲੱਗਾ ਮੇਰੇ ਕਹਿਣ ਤੇ ਰੋਸ਼ਨੀ ਵੀ ਚੰਨ ਦੇਣ ਲੱਗਾ ਤਾਰਿਆਂ ਦੇ ਨਾਲ ਮੇਰੀ ਸੀ ਮੁਲਾਕਾਤ ਹੋਈ ਹੁਣ ਨਾ ਮੈਨੂੰ ਧੁੱਪ ਲੱਗਦੀ ਨਾ ਠੰਡ ਲੱਗਦੀ ਇਹ ਹਨੇਰਾ ਕਦੇ ਵੀ ਮੈਨੂੰ ਡਰਾਵੇ ਨਾ ਹੋ ਨਾ ਹੋਏ ਪਿਆਰ ਤੇਰੇ ਦਾ ਅਸਰ ਹੈ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ ਸੋ ਇੱਕ ਵਾਰੀ ਤਾੜੀ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਇੱਕ ਛੋਟਾ ਜਿਹਾ ਗੀਤ ਹੋਰ ਜਾ ਰਿਹਾ
ਉਹ ਇਸ ਇਸ ਪਰਿਵਾਰ ਦੀ ਖੁਸ਼ ਨਸੀਬੀ ਇਹ ਕਿ ਉਹ ਇਹਨਾਂ ਦੀ ਨੂੰਹ ਬਣ ਜਾ ਰਹੇ ਆ, ਉਹਨਾਂ ਦੀ ਖੁਸ਼ ਨਸੀਬੀ ਇਹ ਕਿ ਉਹ ਇਸ ਪਰਿਵਾਰ ਦੀ ਨੂੰਹ ਬਣ ਜਾ। ਉਹ ਤੈਨੂੰ ਵਿੱਚ ਖਾਬਾਂ ਦੇ ਨਿੱਤ ਗਲ ਵੱਕੜੀ ਪਾਉਣੀਆਂ, ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ। ਕਿਤੇ ਤੇਰੀ ਮੁੱਛਣਾ ਨੀਵੀ ਹੋ ਜੇ ਮੈਂ ਸਿਰ ਤੇ ਚੁੰਨੀ ਰੱਖਦੀਆਂ, ਅੱਖਾਂ ਦੇ ਵਿੱਚ ਤੇਰੀ ਸੂਰਤ ਨਾ ਹੋਰ ਕਿਸੇ ਵੱਲ ਤੱਕਦੀਆਂ। ਬੜਾ ਅੜਬ ਅਸੂਲੀ ਵੇ ਨਾ ਗੱਲ ਕਰੇ ਵਸੂਲੀ ਵੇ ਤੇਰੀ ਸਮਾਈਲ, ਇਹ ਸਮਾਈਲ ਨਹੀਂ ਸਦਾ ਜਾਂਦੀ। ਮੈਂ ਭਾਜੀ ਤੇ ਡਬ ਸਮੈਸ਼ ਸਾਰੀਆਂ ਫੋਟੋਆਂ ਦੇਖਿਆ, ਭਾਜੀ ਦੀ ਸਮਾਈਲ ਹੀ ਤੇਰੀ ਤੇਰੀ ਸਮਾਈਲ ਜੱਟਾ ਮੈਨੂੰ ਫੈਨ ਬਣਾਉਂਦੀ ਆ, ਤੈਨੂੰ ਵਿੱਚ ਖਾਬਾਂ ਦੇ ਨਿੱਤ ਗਲ ਵੱਕੜੀ ਪਾਉਣੀਆਂ, ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁੰਦੀ। ਵੇ ਸ਼ੈਂਪੀ ਤੇਰੇ ਵਾਂਗੂ ਮੈਥੋਂ ਗੀਤ ਬਣਾਏ ਜਾਣੇ ਨਹੀਂ, ਆਪਣੇ ਜਜ਼ਬਾਤਾਂ ਵਾਲੇ ਕੋਕੇ ਲਾਏ ਜਾਣੇ। ਖੌਰੇ ਕਿਹੜੇ ਦੇ ਸੀਗਿਆਂ ਜਿੱਥੋਂ ਵੇ ਮੁੜਦਾ ਨਹੀਂ, ਅਰਦਾਸਾਂ ਕਰਦੀਆਂ ਨਿੱਤ ਪੀਰ ਮਨਾਉਣੀਆਂ, ਤੈਨੂੰ ਵਿੱਚ ਖਾਬਾਂ ਦੇ ਨਿੱਤ ਗਲ ਵੱਕੜੀ ਪਾਉਣੀਆਂ, ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁੰਦੀ ਆ। ਬਸ ਬਸ ਭਾਜੀ ਭਾਜੀ ਥੈਂਕਸ ਵੀ ਆ ਰਿਹਾ ਇਧਰੋਂ, ਬਹੁਤ 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 ਜ਼ਿਆਦਾ ਵਧੀਆ ਗਿਆ। ਅਤੇ ਵਾਹਿਗੁਰੂ ਮਿਹਰ ਕਰੇ ਭਰਾ ਦਾ ਕੰਮ ਜਿੱਦਾਂ ਹੁਣ ਬੰਬੇ ਚੱਲੇ ਆ, ਬਹੁਤ ਬਹੁਤ ਆਸ਼ੀਰਵਾਦ ਵਾਹਿਗੁਰੂ, ਚੜ੍ਹਦੀਆਂ ਕਲਾ ਬਖਸ਼ੇ ਅਤੇ ਇੱਦਾਂ ਹੀ ਨਾਮ ਕਮਾਓ। ਅਤੇ ਭਾਜੀ ਤੁਹਾਡੇ ਜਿੰਨਾ ਨਹੀਂ ਕਮਾਉਣਾ ਵੈਸੇ ਤੁਸੀਂ ਅੱਜ ਕੱਲ੍ਹ ਕਾਫੀ ਇੰਸਟਾ ਦੇ ਵਿੱਚ, ਸੋ ਮੇਰੇ ਨਾਲੋਂ ਜ਼ਿਆਦਾ ਪਾਪੂਲੈਰਿਟੀ ਇਹਨਾਂ ਦੀ ਅੱਜ ਕੱਲ੍ਹ ਕਪਲ ਦੋ ਕਿ ਕਾਫੀ ਲਾਈਕਸ ਆ ਇਹਨਾਂ ਦੇ ਅਤੇ ਕਾਫੀ ਵਧੀਆ ਕੰਮ ਕਰ ਰਹੇ ਆ। ਨਾਈਸ, ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ। ਸੋ ਛੋਟੀ ਜੀ ਹਾਜ਼ਰੀ ਕਬੂਲ ਕਰਿਓ, ਫਿਰ ਮਿਲਾਂਗੇ ਕਿਤੇ ਜੇ ਜ਼ਿੰਦਗੀ ਨਹੀਂ ਚਾਹਿਆ। ਅਤੇ ਮੈਂ ਜਲਦੀ ਟਰੈਕ ਲੈ ਕੇ ਆ ਰਿਹਾ, ਬੀਟ ਸੌਂਗ ਵੀ ਲੈ ਕੇ ਆ ਰਿਹਾ, ਰੋਮੈਂਟਿਕ ਵੀ, ਸੈਡ ਰੋਮੈਂਟਿਕ, ਹਰ ਤਰ੍ਹਾਂ ਦਾ ਫਲੋ ਫਲੇਵਰ ਜਿਹੜਾ ਲੈ ਕੇ ਆਊਂਗਾ। ਅਤੇ ਮੇਰਾ ਸਾਥ ਦਿਓ ਨਵਜੋਤ ਨਵੀ, ਜ਼ਰੂਰ ਜ਼ਰੂਰ ਜ਼ਰੂਰ, ਠੀਕ ਹੈ ਭਾਜੀ, ਸਤਿ ਸ਼੍ਰੀ ਅਕਾਲ। ਭਾਜੀ ਤੁਸੀਂ ਕਿਹਾ ਅਗਰ ਜ਼ਿੰਦਗੀ ਨੇ ਚਾਹਾ, ਮੈਂ ਕਹਿੰਦਾ ਜ਼ਿੰਦਗੀ ਵੀ ਰਹੂਗੀ ਤਾਂ ਮਿਲਾਂਗੇ ਵੀ ਜ਼ਰੂਰ ਆਪਾਂ, ਠੀਕ ਹੈ। ਬਾਕੀ ਵਿਸ਼ ਯੂ ਆਲ ਦਾ ਸਕਸੈਸ ਇਨ ਲਾਈਫ, ਆਲ ਦਾ ਹੈਪੀਨੈਸ, ਮਤਲਬ ਕਿ ਬੰਬੇ ਜਾ ਕੇ ਜਦੋਂ ਵਾਪਸ ਆਓ ਤਾਂ ਸਟਾਰ ਬਣੇ ਹੋਗੇ। ਭਾਜੀ ਨੇ ਨਾ ਮੈਨੂੰ ਆਉਂਦੇ ਨੂੰ ਮਤਲਬ ਵੀ ਰਿਪ੍ਰਜੈਂਟ ਇਸ ਤਰੀਕੇ ਨਾਲ ਕੀਤਾ ਕਿ ਆਉਣ ਵਾਲੇ ਸਟਾਰ ਮੈਂ ਵਾਲੇ ਸਟਾਰ ਸਕੂਲ ਤਾਂ ਹੈ ਨਹੀਂ, ਖੈਰ ਉਹ ਤਾਂ ਵਾਹਿਗੁਰੂ ਦੇ ਹੱਥ ਹੈ ਕਿ ਉਹਨੇ ਕੀ ਕਰਨਾ ਮੇਰਾ। ਬਾਕੀ ਤੁਹਾਡਾ ਪਿਆਰ, ਤੁਹਾਡਾ ਸਤਿਕਾਰ ਅਤੇ ਤੁਹਾਡੀਆਂ ਦੁਆਵਾਂ ਇਹੀ ਕੰਮ ਆਉਣੀਆਂ। ਸਤਿ ਸ਼੍ਰੀ ਅਕਾਲ, ਜਿਉਂਦੇ ਵੱਸਦੇ ਰਹੋ। ਥੈਂਕ ਯੂ, ਥੈਂਕ ਯੂ ਸੋ ਮਚ ਭਾਜੀ। ਵੈਸੇ ਮੇਰਾ ਗੱਲ ਕਰ, ਮੈਂ ਕਿਹਾ ਤੁਹਾਨੂੰ ਬੰਦਾ ਵੈਸੇ ਜਾ ਨਹੀਂ ਦੇਣਾ ਚਾਹੀਦਾ, ਚਲੋ ਭਾਜੀ ਤਰੱਕੀਆਂ ਕਰੋ ਇੱਦਾਂ ਹੀ। ਬਹੁਤ ਚੰਗਾ ਲੱਗਾ ਭਾਜੀ, ਬਹੁਤ ਚੰਗਾ ਲੱਗਾ, ਤੁਹਾਡੀ ਗਿਟਾਰ ਹੁੰਦੀ ਤਾਂ ਮੈਂ ਕਿਹਾ ਹੋਰ ਰੰਗ ਬੰਨ ਦੇਣਾ ਸੀ ਆਪਾਂ, ਹੈ ਨਾ। ਸਭ ਸੁਣਨਾ ਚਾਹੇਂਗੇ, ਸਭ ਸੁਣਨਾ ਚਾਹੇਂਗੇ। ਮੈਂ ਔਰ ਸੁਣਨਾ ਚਾਹਦੀ ਹਾਂ ਥੋੜ੍ਹਾ ਸਾ ਆਪਕੋ। ਅੱਛਾ ਮੈਂ ਹਾਂਜੀ, ਤੁਸੀਂ ਹੁਕਮ ਕਰੋ, ਹੋਰ ਤੁਸੀਂ ਕੀ ਸੁਣਨਾ ਚਾਹੁੰਦੇ ਹੋ ਤੁਹਾਡੇ ਦਿਲ ਦੀ? ਮੈਂ ਵਿਦ ਗਿਟਾਰ, ਹਾਜ਼ਰੀ ਕਬੂਲ ਕਰਿਓ। ਆਜੋ ਭਾਜੀ ਲੈ ਆਓ। ਵੈਸੇ ਜੋ ਤੇਰੀ ਦੇਖੀ ਸ਼ਰਾਬੀ ਹੈ ਦਿਲ ਹੋ ਗਿਆ, ਸੰਭਾਲੋ ਮੁਝਕਾ ਓ ਮੇਰੇ ਯਾਰ, ਸੰਭਾਲਣਾ ਮੁਸ਼ਕਿਲ ਹੋ ਗਿਆ।
दिल में मेरे आप तेरे तस्वीर जैसे हो दीवार पे तुझ पे फिदा मैं क्यों हुआ आता है मान के दिल का कहा मैं कहीं का ना रहा क्या कहूँ मैं दिल रुबा बुरा ये जादू तेरी आँखों का कि मेरा क्या हो गया गुलाबी आंखें जो तेरी देखी शराबी ये दिल हो गया रुसवा तेरी गलियों में मोहब्बत होगी चलते चलते यूं ही रुक जाता हूँ मैं बैठे बैठे कहीं खो जाता हूँ मैं बैठे कहते ही चुप हो जाता हूँ मैं क्या यही प्यार है हाँ यही प्यार है हाँ यही प्यार है जब जब मैनू गाना भूल गया जिसे कौन मिला जिसे मैं हूँ ढूंढता आया वो वजूद मिला जब आए मौसम गम के तुझे याद से तुझे याद किया संभल जा जरा फिर मोहब्बत करने चला तू यही रुक जा जरा फिर मोहब्बत करने चला तू मैं जानू ना संभल जा जरा फिर मोहब्बत करने चला है तू संभल जा जरा इन्हें देख के ना एक गीत कर मैनू तड़के जदों उठाउंदी दुध नाल पिन्नी रोज खवाउंदी मेरे लिए जो कुछ है चाहती दे दे ओए रब्बा मेरे फिकरां विच ना सौंदी मेरी बेबे ओए रब्बा मेरे फिकरां विच ना सौंदी ओए मेरी बेबे ओए रब्बा निके हुंदे दे मेरे ओ चूड़ी करके वेंदी सी वाली पताल कटा ले गलती मेरी दे दुख दिते मानू केटे ओए रब्बा मेरे फिकरां विच ना सौंदी मेरी बेबे ओए रब्बा मेरे फिकरां विच ना सौंदी मेरी बेबे ओए रब्बा रब करे कदे भी किसी मां दे अखां च हंजू ना आउण ये बहुत वड्डा पाप हुंदा है दुनिया ते कदे भी किसी मां कदे भी एक एक छोटा जिहा होर गीत सी मैं इन इस मां नूं देख के याद आ गया जो अज एक पंजाब च वहन चलिया
ਨਸ਼ੇ ਦਾ ਚਿੱਟਾ ਸਭ ਤੋਂ ਉੱਪਰ ਸੀਗਾ। ਉਹਦੇ 'ਤੇ ਇੱਕ ਗੀਤ ਲਿਖਣ ਦੀ ਕੋਸ਼ਿਸ਼ ਕੀਤੀ ਸੀ। ਕਹਿੰਦੇ ਸੀਗੇ ਇੱਕ ਮਾਂ ਦਾ ਦਰਦ ਸੀਗੀ, ਪਹਿਲਾਂ ਉਹਦਾ ਜਿਹੜਾ ਘਰ ਵਾਲਾ ਸੀ ਜਾਂ ਮੁੰਡੇ ਦਾ ਪਿਓ ਸੀਗਾ, ਪਹਿਲਾਂ ਉਹ ਸ਼ਰਾਬ ਨਾਲ ਰਚਿਆ ਰਹਿੰਦਾ ਸੀ। ਉਸ ਤੋਂ ਬਾਅਦ ਇੱਕ ਨੌਂ ਬਤਾਈ ਕਿ ਮੁੰਡਾ ਨਸ਼ੇ ਦੇ ਚਰਨਾਂ ਵਿੱਚ, ਮਤਲਬ ਨਸ਼ੇ ਦੇ ਵੱਲ ਨੂੰ ਹੋ ਗਿਆ। ਗਾਣਾ ਸੀਗਾ ਉਹ ਸਿਆਸੀ ਰੋਟੀਆਂ ਸੇਕਣ ਵਾਲਿਆਂ ਨੇ ਇਹ ਕਿੱਦਾਂ ਦਾ ਸਿਆਪਾ ਖੋਲਤਾ, ਵੇ ਤੇਰੇ ਬਾਪੂ ਦੀ ਸ਼ਰਾਬ ਨੇ ਜਵਾਨੀ ਰੋਲਤੀ, ਵੇ ਤੇਰੇ ਚਿੱਟੇ ਨੇ ਆ ਪੁੱਤਰਾ ਬੁਢਾਪਾ ਰੋਲਤਾ, ਬਾਪੂ ਦੀ ਸ਼ਰਾਬ ਨੇ ਜਵਾਨੀ ਰੋਲਤੀ, ਵੇ ਤੇਰੇ ਚਿੱਟੇ ਨੇ ਆ ਪੁੱਤਰਾ ਬੁਢਾਪਾ ਰੋਲਤਾ। ਦੇ ਦੇ ਮੱਖਣ ਮਲਾਈਆਂ ਹੱਥੀ ਪਾਲਿਆ ਸੀ ਜੀਨੂੰ, ਮੈਨੂੰ ਦਿਖਦਾ ਨੀ ਕਿਧਰੇ ਵੀ ਪਾਲਿਆ ਸੀ ਜੀਨੂੰ, ਦੇ ਕੇ ਹੱਥ ਵਿੱਚ ਟੀਕੇ ਕਿਹੜੇ ਚੰਦਰੇ ਨੇ ਦੁੱਧ ਵਾਲਾ ਛੰਨਾ ਡੋਲਤਾ, ਵੇ ਤੇਰੇ ਬਾਪੂ ਦੀ ਸ਼ਰਾਬ ਨੇ ਜਵਾਨੀ ਰੋਲਤੀ, ਵੇ ਤੇਰੇ ਚਿੱਟੇ ਨੇ ਆ ਪੁੱਤਰਾ ਬੁਢਾਪਾ ਰੋਲਤਾ। ਸੋ ਮੈਂ ਫਿਰ ਲੱਗੀ ਸ਼ਰਾਬ ਨੇ ਮੈਂ ਪੀ ਗਿਆ ਮਿਲਾ ਕੇ, ਮੈਂ ਪੀ ਗਿਆ ਮਿਲਾ ਕੇ ਜਵਾਨੀ ਸ਼ਰਾਬ ਮੇ, ਸਭ ਤੋਂ ਮਿਲਾ ਕੇ ਪੀਤੇ ਪਾਣੀ ਸ਼ਰਾਬ ਮੇ, ਪੀਨੇ ਕਾ ਦਿਲ ਜੋ ਚਾਹੇ ਯੂੰ ਆਖੋਂ ਸੇ ਪੀਜੀਏ, ਮਤ ਪੀਜੀਏ ਸ਼ਰਾਬ, ਜ਼ਮਾਨਾ ਖਰਾਬ ਨਿਕਲੋ ਨਾ ਬੇਨਕਾ, ਜ਼ਮਾਨਾ ਖਰਾਬ ਹੈ ਜਮੀ ਵੇ, ਆਵੇ ਜੋ ਅਲੜ ਪੁਣੇ ਵਿੱਚ ਲਾਈਆਂ ਤੋੜਨ ਬਾਮੀ ਵੇ, ਮੈਂ ਤੇਰੀ ਤੂੰ ਮੇਰਾ ਪਿਆਰ ਤੇਰੇ ਵਿੱਚ ਸੁਣ ਵੇ ਜੱਟਾ, ਮੈਂ ਹੋ ਗਈ ਦੀਵਾਨੀ ਅੱਗੇ ਜ਼ਖਮ ਬਥੇਰੇ ਦਿਲ ਤੇ ਹੋਰ ਨਾ ਮਾਰੀ ਕਾਨੀ, ਵੇ ਮੈਨੂੰ ਜ਼ਖਮ ਵਿਛੋੜਾ ਤੇਰਾ ਮਲ ਮਾਲਾਵੀ ਵੇ, ਆਵੇ ਜੋ ਅਲਣ ਪੁਣੇ ਵਿੱਚ ਲਾਈਆਂ ਤੋੜਨ ਬਾਣੀ, ਮੈਂ ਤੇਰੀ ਤੂੰ ਮੇਰਾ ਹੋ। ਸੋ ਥੈਂਕ ਯੂ ਸੋ ਮਚ, ਬਹੁਤ ਵਧੀਆ। ਸੋ ਮੇਰਾ ਦਿਲ ਨਾ ਜਾ ਕੇ ਵੀ ਮੈਂ ਥੋੜ੍ਹਾ ਥੋੜ੍ਹਾ ਹੋਰ ਗਾ ਗਿਆ, ਮੇਰਾ ਵੀ ਦਿਲ ਨਹੀਂ ਕਰਦਾ ਖੈਰ ਜਾਣ ਨੂੰ, ਥੋੜ੍ਹੀ ਜਿਹੀ ਮਜਬੂਰੀ ਹੈ। ਥੈਂਕ ਯੂ ਸੋ ਮਚ ਇੱਕ ਵਾਰੀ ਸ਼ੈਂਪੀ ਭਾਈ ਇਹਨਾਂ ਦੇ ਦੋਵਾਂ ਦੇ ਜਿਹਨੂੰ ਇਹਨਾਂ ਦੇ ਵਿਆਹ ਦਾ ਚਾਹ ਆ, ਕਿਆ ਬਾਤ ਹੈ। ਥੈਂਕ ਯੂ, ਸ਼ੁਕਰੀਆ ਤੁਸੀਂ ਮੈਨੂੰ ਆਪਣੀ। ਚਲੀ ਠੀਕ ਹੈ ਭਾਜੀ, ਮਤਲਬ ਇੱਕ ਫੜਾ ਤਾਂ ਦਿੱਤੀ ਪਰ ਕਿਸੇ ਦੇ ਵਾਸਤੇ ਨਹੀਂ, ਵਾਸਤੇ ਨਹੀਂ ਹੈਗੀ ਮੇਰੀ ਵਾਲੀ ਗੱਲ। ਹਰ ਰਾਤ ਐਸੀ ਦੀਵਾਨੀ ਨਹੀਂ ਹੁੰਦੀ, ਕੁਛ ਤੋਂ ਬਾਤ ਹੁੰਦੀ ਹੈ ਹਮ ਲੜਕੋ ਮੇ, ਐਸੇ ਨਹੀਂ ਲੜਕੀਆਂ ਹਮਾਰੀ ਦੀਵਾਨੀ ਹੁੰਦੀ ਹੈ ਨਾ। ਐਵਰੀਬਡੀ ਸਮਾਈਲ, ਕੋ ਪੋਟੈਟੋ, ਓਕੇ ਜੀ ਸਾਹਮਣੇ ਚੀਜ਼ ਨਹੀਂ ਕਹਿਣਾ ਕਿਸੇ ਨੇ, ਆਊਟ ਬੰਦਾ ਨਾ ਪੋਟੈਟੋ ਭਾਜੀ ਮੇਰੇ ਦੇਖ ਲਈ ਪ੍ਰਿੰਸ ਭਾਈ, ਪ੍ਰਿੰਸ ਭਾਈ ਤਾਂ ਦੇਖਣਾ ਕੈਮਰੇ। ਥੈਂਕ ਯੂ ਜੀ। ਕੈਸਾ ਬਣੇ ਬੇਟਾ, ਕੈਸਾ ਬਣੇ? ਅੱਛਾ ਪਤਾ ਕਿੰਨਾ ਗੱਲ ਕਰ ਰਹੇ ਆ, ਪ੍ਰੇਮ ਕੁਮਾਰ। ਅੱਛਾ ਪ੍ਰੇਮ ਮੰਦਾ, ਕਿਉਂਕਿ ਇਹੀ ਸਿਖਾਉਂਦੇ ਨੇ, ਇਹੀ ਵਿਗਾੜਦੇ ਨੇ, ਠੀਕ ਹੈ। ਸੋ ਅਭੀ ਯਹਾਂ ਪੇ ਹੋਣੇ ਵਾਲਾ ਹੈ ਫਰੈਂਡਸ ਕਾ ਨਾਮ, ਤੁਸੀਂ ਸਾਰੇ ਸਕੂਲ ਟਾਈਮ ਫਰੈਂਡਸ ਹੋ,
ਠੀਕ ਹੈ, ਅਸੀਂ ਉਹਨਾਂ ਨੂੰ ਸਾਰਿਆਂ ਨੂੰ ਪੁੱਛ ਲਿਆ ਹੈਗਾ ਕਿ ਉਹਨਾਂ ਬਾਰੇ ਇੱਕ ਚੰਗੀ ਗੱਲ ਇੱਕ ਮਾੜੀ ਗੱਲ ਮੈਂ ਤੁਹਾਡੇ ਕੋਲ ਨਹੀਂ ਪੁੱਛਾਂਗਾ, ਤੁਸੀਂ ਐਵੇਂ ਬਾਕੀ ਭੇਦ ਵੀ ਖੋਲ ਦੋਗੇ, ਫਾਇਦਾ ਕੋਈ ਨਹੀਂ ਹੈਗਾ, ਠੀਕ ਹੈ ਠੀਕ ਹੈ। ਓਕੇ, ਸਾਰਿਆਂ ਦੀ ਡਾਂਸ ਪਰਫਾਰਮੈਂਸ ਵਿਦ ਅਵਰ ਗਰੂਮ ਸ਼ੈਂਪੀ ਭਾਜੀ ਨਾਲ, ਠੀਕ ਹੈ, ਰਾਈਟ, ਈਜ਼ੀ ਦਿੱਤਾ ਤੁਹਾਨੂੰ, ਠੀਕ ਹੈ, ਚਲੋ ਠੀਕ ਹੈ ਭਾਜੀ, ਥ੍ਰੀ ਸਕੂਲ ਫ੍ਰੈਂਡਸ। ਸ਼ਰਾਰਤੀ ਹੋਵੇ ਚਾਹੇ ਹਾਸੇ ਵਾਲੀ ਹੋਵੇ ਕੋਈ ਵੀ ਇੱਕ, ਕਿਉਂਕਿ ਐਕਚੁਅਲੀ ਇਹਨਾਂ ਵਾਸਤੇ ਇਹਨਾਂ ਨੂੰ ਤਾਂ ਪਤਾ ਹੈ, ਇਹ ਤਾਂ ਕਹਿਣਗੇ ਰਹਿਣ ਦੇ ਯਾਰ ਕੀ ਕਰੀ ਜਾਂਦਾ, ਬਟ ਬਾਕੀ ਸਾਰੇ ਸੁਣਨਾ ਚਾਹੁੰਦੇ ਨੇ, ਹੈ ਨਾ। ਚਲੀਏ, ਆਪਕਾ ਨਾਮ? ਨਵਜੋਤ। ਨਵਜੋਤ, ਇੱਕ ਮੂਮੈਂਟ, He's my tiffin chore. Oye. Ye Mansi da sara ditta ditta hara. Pehla washroom de vich patake ch lagge bhajna. Baad vich fir lukna ya fir school vich mobiles nahi allowed si. ਜਿਸ ਟਾਈਮ ਤੋਂ ਸੁਰਿੰਦਰ ਸਰ ਨਵਦੀਪ ਸਰ ਵੱਲੋਂ ਚੈਕਿੰਗ ਹੋਣਾ ਤੇ ਫਿਰ ਮੋਬਾਈਲ ਅਸੀਂ ਅਲਮੀਰਾ ਵਿੱਚ ਜਾਂ ਸੌਕਸ ਵਿੱਚ ਜਾਂ ਫਿਰ ਟਿਫਨ ਵਿੱਚ ਲਗਾਉਣਾ ਸਾਰਿਆਂ ਨੇ ਬਚਾਉਣ ਵਾਸਤੇ। ਮੈਂ ਕਿਹਾ ਮੈਂ ਵੀ ਤਾਂ ਕਰਾਉਂਦਾ ਥਰਡ ਵਨ। ਨਹੀਂ, ਇਹ ਵਿਚਾਰਾ ਇੰਨਾ ਭੋਲਾ ਹੁੰਦਾ ਸੀ ਜਦੋਂ ਵੀ ਕੋਈ ਕਾਲਜ ਸਕੂਲ ਵਿੱਚ ਕਾਂਡ ਹੁੰਦਾ ਸੀ ਨਾਮ ਪਹਿਲੇ ਨੰਬਰ ਤੇ ਸ਼ੈਂਪੀ ਜਾਂਦਾ ਸੀ। ਓਹ, ਇੰਨੇ ਭੋਲੇ ਵਿਚਾਰਾ ਕੁਝ ਕਰੇ ਨਾ ਕਰੇ, ਬਟ ਸਟਿਲ ਨਵਦੀਪ ਸਰ ਦੇ ਘਰ ਦੀਆਂ ਬਾਰੀਆਂ ਟੁੱਟ ਗਈਆਂ। ਅੱਛਾ, ਮੈਨੂੰ ਇੱਕ ਇਹ ਵਾਲੀ ਗੱਲ ਨਾ, ਆਪਾਂ ਵੀ ਕਰਦੇ ਹੁੰਦੇ ਸੀ ਵਾਸ਼ਰੂਮ 'ਚ ਲਾ ਕੇ ਪਟਾਕੇ ਦੌੜ ਜਾਣਾ, ਠੀਕ ਹੈ, ਆਪਾਂ ਤਾਂ ਲਾ ਕੇ ਦੌੜ ਜਾਂਦੇ ਸੀ, ਜਿਹੜੇ ਤਾਂ ਵਿਚਾਰੇ ਅੰਦਰ ਹੁੰਦੇ ਸੀ, ਬਾਕੀ ਆਪਾਂ ਅੱਗੇ ਇਮੈਜਿਨ ਕਰ ਲਓ ਆਪਾਂ ਹੀ। ਚਲੋ ਠੀਕ ਹੈ, ਥੈਂਕ ਯੂ ਸੋ ਮਚ, ਮਤਲਬ ਬੜੀ ਅੱਛੀ ਸ਼ੇਅਰਿੰਗ ਸੀਗੀ, ਮਤਲਬ ਇਹ ਸਾਰੇ ਆਪਾਂ ਕਰਦੇ ਹਾਂ, ਬਟ ਕਿਹੜੀ? ਅੱਛਾ, ਇੱਕ ਰਹਿ ਗਈ, ਪਰ ਇੱਕ ਤਾਂ ਦੱਸਣੀ ਪੈਣੀ, ਇੱਦਾਂ ਨਹੀਂ, ਦੇਖੋ ਅੱਜ ਵਾਲੀ ਮੂਵਮੈਂਟ ਦੁਬਾਰਾ ਨਹੀਂ ਰਿਪੀਟ ਹੋਣੀ, ਠੀਕ ਹੈ, ਫਿਰ ਮੌਕਾ ਨਹੀਂ ਮਿਲਣਾ ਹੈਗਾ, ਅਤੇ ਕੁੜੀ ਵੋਟ ਵੀ ਪਾ ਕੇ ਆਈ। ਚਲੋ ਠੀਕ ਹੈ, ਫਸਟ ਵੋਟ ਪਾਇਆ। ਜਦੋਂ ਚੈਕਿੰਗ ਹੋ ਰਹੀ ਸੀ ਐਂਡ ਸ਼ੈਂਪੀ ਦਾ ਮੋਬਾਈਲ ਓਬਵੀਅਸਲੀ ਸਾਰੇ ਚੈੱਕ ਕਰਦੇ ਹੀ ਹੈ, ਇਹਦੇ ਕੋਲ ਜ਼ਰੂਰ ਹੁੰਦਾ ਹੈ, ਅਤੇ ਇਹਨੇ ਸਪੈਸ਼ਲੀ ਮੈਨੂੰ ਫੜਾਇਆ ਸੀ ਐਂਡ ਮੈਂ ਭੁੱਲ ਗਈ ਇਹਨੂੰ ਦੇਣਾ ਵਾਪਸ, ਮੈਂ ਲੈ ਗਈ ਆਪਣੇ ਘਰ
ਸਪੈਸ਼ਲੀ ਮੇਰੇ ਕੋ ਵਾਪਸ ਫੋਨ ਲੈਣ ਆਇਆ ਤੇ ਇੱਕ ਦਿਨ ਮੇਰੇ ਕੋ ਰਿਹਾ ਦਾ ਫੋਨ ਭਾਜੀ ਫੋਨ ਚੱਲਦਾ ਤੇ ਨਹੀਂ ਸੀ ਨਾ ਬਹੁਤ ਚੰਗਾ ਮੁੰਡਾ ਹੈ ਬਹੁਤ ਚੰਗਾ ਮੁੰਡਾ ਭਾਵੇਂ ਦੋ ਦਿਨ ਰੱਖ ਲੈਂਦੇ ਫੋਨ ਬੰਦ ਠੀਕ ਹੈ ਚਲੀ ਥੈਂਕ ਯੂ ਸੋ ਮਚ ਬੜੀ ਅੱਛੀ ਲੱਗੀ ਸ਼ੇਅਰਿੰਗ ਨਾਓ ਇਟਸ ਟਾਈਮ ਫੋਰ ਬਲੈਕ ਜੈਕਟ ਭਾਜੀ ਅੱਛਾ ਦੱਸਣਾ ਇਹ ਭਾਜੀ ਨੇ ਕਿਹਾ ਤੁਹਾਨੂੰ ਦੱਸਣਾ ਪੈਣਾ ਠੀਕ ਹੈ ਕੋਈ ਇੱਕ ਅੱਛਾ ਸ਼ੈਂਪੀ ਭਾਜੀ ਨੂੰ ਪਤਾ ਉਹ ਤੁਹਾਡੇ ਮੂੰਹ ਕਲਵਾਉਣਾ ਚਾਹੁੰਦੇ ਪਰ ਤੁਸੀਂ ਕੱਢਣਾ ਨਹੀਂ ਚਾਹੁੰਦੇ ਮੈਨੂੰ ਲੱਗਦਾ ਯਾਦ ਨਹੀਂ ਆ ਰਹੀ ਜੀ ਚੇਂਜ ਹੋ ਤੇਰੀ ਯਾਦ ਜੇ ਏਦਾਂ ਕੁਛ ਚਲੀ ਕੋਈ ਬਾਤ ਨਹੀਂ ਭਾਜੀ ਤੁਸੀਂ ਉਹਨਾਂ ਦੀ ਯਾਦ ਕਰ ਲਓ ਮੈਂ ਮੇਰਾ ਯੂ ਆਈਏ ਸਰ ਸਟੇਜ 'ਤੇ ਆਈਏ ਠੀਕ ਹੈ ਬਹੁਤ ਅੱਛਾ ਤਾਂ ਮੇਰੇ ਤੋਂ ਪਤਾ ਲੱਗਿਆ ਚਲੋ ਠੀਕ ਹੈ ਮੇਰੀ ਤਾਂ ਭਾਜੀ ਗਾਣ ਜੋਗੀ ਆਵਾਜ਼ ਹੈ ਨਹੀਂ ਮੇਰੀ ਆਵਾਜ਼ 'ਚ ਇੰਨਾ ਦਰਦ ਹੈ ਨਾ ਦਰਦ ਹੈ ਜੇ ਮੈਂ ਗਾਤਾ ਨਾ ਉਹੀ ਦਰਦ ਤੁਸੀਂ ਆਪਣੇ ਕੰਨਾਂ 'ਚ ਮਹਿਸੂਸ ਕਰੋਗੇ ਥੋੜ੍ਹੀ ਦੇਰ ਬਾਅਦ ਠੀਕ ਹੈ ਇਸ ਕਰਕੇ ਮੈਂ ਗਾਉਂਦਾ ਨਹੀਂ ਠੀਕ ਹੈ ਅਸੀਂ ਤੁਹਾਡੇ ਕੋਲ ਸੁਣਾਂਗੇ ਠੀਕ ਹੈ ਮਜ਼ਾ ਲਵਾਂਗੇ ਪੂਰਾ ਕੋਈ ਵੀ ਐਨੀ ਸੌਂਗ ਠੀਕ ਹੈ ਚਾਹੇ ਉਹ ਪ੍ਰਪੋਜ਼ ਵਾਲਾ ਹੋਵੇ ਚਾਹੇ ਭਾਜੀ ਨੂੰ ਡੈਡੀਕੇਟ ਕਰਨਾ ਹੋਵੇ ਜੋ ਦਿਲ ਮੇਂ ਸਮਾਇਆ ਲੋ ਜੋ ਗਿਆ ਆਸਮਾਂ ਵੀ ਇਸ਼ਕ ਮੇਰਾ ਰੰਗ ਲਾਇਆ ਕੌਣ ਹੈ ਜੋ ਸਪਨੋ ਮੇਂ ਆਇਆ ਕੌਣ ਹੈ ਜੋ ਦਿਲ ਮੇਂ ਸਮਾਇਆ ਲੋ ਜੋ ਗਿਆ ਆਸਮਾਂ ਵੀ ਇਸ਼ਕ ਮੇਰਾ ਰੰਗ ਲਾਇਆ ਓ ਪ੍ਰਿਆ ਓ ਪ੍ਰਿਆ ਕੌਣ ਹੈ ਜੋ ਸਪਨੋ ਮੇਂ ਆਇਆ ਕੌਣ ਹੈ ਜੋ ਦਿਲ ਮੇਂ ਸਮਾਇਆ ਲੋ ਝੁਕ ਗਿਆ ਆਸਮਾਂ ਵੀ ਇਸ਼ਕ ਮੇਰਾ ਰੰਗ ਲਾਇਆ ਓ ਪ੍ਰਿਆ ਰੂਹ ਕੋ ਮੌਤ ਆਤੀ ਨਹੀਂ ਹੈ ਇਸ਼ਕ ਰੋਸ਼ਨ ਹੈ ਰੋਸ਼ਨ ਰਹੇਗਾ ਰੋਸ਼ਨੀ ਇਸਕੀ ਜਾਤੀ ਨਹੀਂ ਹੈ ਰੋਸ਼ਨੀ ਇਸਕੀ ਜਾਤੀ ਨਹੀਂ ਹੈ ਕੌਣ ਹੈ ਜੋ ਸਪਨੋ ਮੇਂ ਆਇਆ ਕੌਣ ਹੈ ਜੋ ਦਿਲ ਮੇਂ ਸਮਾਇਆ ਲੋ ਝੁਕ ਗਿਆ ਆਸਮਾਂ ਵੀ ਇਸ਼ਕ ਮੇਰਾ ਰੰਗ ਲਾਇਆ ਓ ਪ੍ਰਿਆ ਤੰਗੜੀਆਂ मैंने सोचा था आज मैं ना पीऊं यारों ने मुझको पिला दी है मना करके भी मैं रुक सकता नहीं चीज ही ऐसी बनाई है मैंने सोचा था आज मैं ना पीऊं ਯਾਰੋਂ ਨੇ ਮੁਝਕੋ ਪਿਲਾ ਦੀ ਹੈ ਮਨਾ ਕਰਕੇ
ਤੇ ਇੱਕ ਮੇਰਾ ਬਰਥਡੇ ਬੰਦਿਆ ਕਰਕੇ ਚਲੀ ਗਈ ਇਸਕੋ ਬਰਬਾਦ ਕਰਕੇ ਜਿਸਕੇ ਸਾਥ ਭਾਗੀ ਵੋ ਬਰੋਕਾ ਪਰੇਸ਼ਾਨ ਰੱਖਦੇ ਦੀ ਥੀ ਦਿਮਾਗ ਖਰਾਬ ਕਰਕੇ ਬੱਕਾ 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 ਚੂਚਦੀ ਨੂਨਾ ਔਨ ਨੂਨਾ ਔਨ ਨੂਨਾ ਯੇ ਲਾ ਕੇ ਦੋ ਨੂਨਾ ਬਸ ਕਰ ਚੰਨ ਕੇ ਦੋ ਪਲ ਜੀ ਨੇ ਗਏ ਹੁਣ ਆਗਾ ਫੁੱਲ ਸੈਟ ਪਰ ਪੀਦੇ ਬਸ ਪੀਦੇ ਬਸ ਬਸ ਪੀਦੇ ਬਸ ਹੱਥ ਮਿਲ ਕਰ ਕੁਝ ਨਾ ਫਿਕਰ ਨਾ ਘਰ ਵਾਲੇ ਨਹੀਂ ਡਰ ਇਸ ਕੀ ਹੋਇਆ ਬੜੇ ਚਲੇ ਹਮ ਰੁਕੇਂਗੇ ਨਾ ਕਦਮ ਕਰੇਂਗੇ ਦਾਰੂ ਪਾੜੀ ਹਾਏ 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 ਕਰੇਂਗੇ ਦਾਰੂ ਪਾੜੀ ਹਾਏ 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 ਕਰੇਂਗੇ ਦਾਰੂ ਪਾੜੀ ਹਾਏ 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 ਤੁਰਤ ਤੁਤ ਤੁਤ ਤੁਰਤ ਤੁਰਤ ਤੁਤ ਤੁਤ ਤੁਰਤ ਅਰੇ ਸੁਣਾ ਬੈਠੇ ਸੀ ਪਲਟ ਗਈ ਅਸੀਂ ਪਲਟ ਗਏ ਜਿਸ ਕਿ ਮੇਰੇ ਨਾ ਦੀ ਅਸੀਂ ਲੜਕੇ ਪਟ ਗਏ ਮੇਰੇ ਕੋਲ ਆ ਕੇ ਮੈਨੂੰ ਸੱਟ ਗਈ ਕਰਨ ਦੇ ਲੱਗ ਕੇ ਫਿਰ ਮੇਰੀ ਉੱਤ ਗਏ ਭਾਈ ਉਹ ਅੱਛੀ ਖਾਸੀ ਚੜ ਰਹੀ ਹੈ ਧੀਰੇ ਧੀਰੇ ਦੁਨੀਆ ਮੈਂ ਸੜ ਰਹੀ ਹੈ ਕਿਉਂ ਸਾਰੀ ਪਹਾੜੀ ਹਾਏ 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 ਕਰੇਂਗੇ ਤਾਰੂ ਪਹਾੜੀ ਹਾਏ 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 ਕਰੇਂਗੇ ਤਾਰੂ ਪਹਾੜੀ ਹਾਏ ਪੜ੍ਹਦਾ ਵੀ ਹੈ ਔਰ ਹੁਸ਼ਿਆਰ ਵੀ ਹੈ ਔਰ ਨੈਕਸਟ ਟਾਈਮ ਮੇਰੀ ਪੂਰੀ ਵਿਸ਼ਿਸ਼ ਹੈ ਕਿ ਇਹ ਫੋਰਥ ਰਾਊਂਡ ਸੇ ਬਾਹਰ ਆ ਗਿਆ ਥਾ ਨਾ ਨੈਕਸਟ ਟਾਈਮ ਫਿਨਾਲੇ ਤੱਕ ਵੀ ਜਾਏ ਔਰ ਜੀਤ ਕੇ ਵੀ ਆਏ ਠੀਕ ਹੈ ਥੈਂਕ ਯੂ ਸੋ ਮਚ ਸਦਾ ਥੈਂਕ ਯੂ ਸੋ ਮਚ ਬਹੁਤ ਇਸ ਦਿਨ ਹੁਣ ਪਤਾ ਲੱਗੂਗਾ ਨਿਆਣੇ ਦਾ ਗਾਣੇ ਸੁਣਾਉਂਦੇ ਨਾ ਬੇਟਾ ਕੌਣ ਹੈ ਪ੍ਰੈਜ਼ੀਡੈਂਟ ਕੌਣ ਹੈ ਰਾਮੂ ਸੈਕਲਾਨ ਨਹੀਂ ਪਤਾ ਬਹੁਤ ਆਗੇ ਤੱਕ ਜਾਏਗਾ ਇਤਨੀ ਆਗੇ ਜਾਏਗਾ ਇਤਨੀ ਆਗੇ ਜਾਏਗਾ ਤੂੰ ਖੁਦ ਕਹੇਗਾ ਹੈ ਮੈਂ ਕਿੱਥੇ ਆ ਗਿਆ ਯਾਰ ਸੌਰੀ ਮੈਮ ਨੇ ਯਾਦ ਦਿਲਾ ਦਿਆ ਮੁਝੇ ਸਿਜ਼ਲਿੰਗ ਕੁਈਨਸ ਪਲੀਜ਼ ਕਮ ਔਨ ਸਟੇਜ ਜਲਦੀ ਸੇ ਆ ਜਾਓ ਜਲਦੀ ਸੇ ਅੱਛਾ ਉਹ ਪਤਾ ਕਰੀ ਨਹੀਂ 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 ਇੱਦਾਂ ਨਹੀਂ ਆਉਂਦੀਆਂ ਆਪਾਂ ਚਲੀ ਆ ਜਾਓ ਕਿੱਥੇ ਗਏ ਹੁਣੇ ਤਾਂ ਗੈਪ ਹੋ ਗਏ ਬਾਅਦ ਚ ਤਾਂ ਲੱਭਣਾ ਨੀ ਤੁਸੀਂ ਭਾਜੀ ਇੱਥੇ ਤੁਹਾਡੇ ਵਾਸਤੇ ਕੁਛ ਗੱਲਾਂ ਕਹਿਣੀਆਂ ਨੇ ਤੁਹਾਡੀ ਸੁਣਨੀ ਜ਼ਰੂਰੀ ਹੈ ਉਹਦੇ ਵਾਸਤੇ ਹੈ ਠੀਕ ਹੈ ਅੱਛਾ ਇਹਨਾਂ ਦਾ ਵਿਆਹ ਹੋਣ ਲੱਗਾ ਨਾ ਇਹਨਾਂ ਦਾ ਹੋਣ ਲੱਗਾ ਵਿਆਹ ਠੀਕ ਹੈ ਮੈਂ ਦੁਬਾਰਾ ਤੂੰ ਦੱਸ ਰਿਹਾ ਸੀਗਾ ਠੀਕ ਹੈ ਅੱਛਾ ਤੁਹਾਡੇ ਚੋਂ ਕੋਈ ਤਿੰਨ ਮੈਂ ਗਰਲਸ ਚੂਜ਼ ਕਰਾਂਗਾ ਸਿਜ਼ਲਿੰਗ ਵਾਲੀ ਉਹਨਾਂ ਨੇ ਇਹਨਾਂ ਨੂੰ ਦੱਸਣਾ ਹੈ ਕਿ ਆਪਣੀ ਵੋਟੀ ਨੂੰ ਕਿਵੇਂ ਖੁਸ਼ ਰੱਖਿਆ ਜਾਂਦਾ ਹੈ ਅੱਛਾ ਮੈਂ ਕਿਹਾ ਕਿੱਥੇ ਖੁਸ਼ ਕਹਿੰਦੇ ਅੱਛਾ ਭਾਜੀ ਹੁਣ ਟਿਪਸ ਆਉਣ ਲੱਗੇ ਨੇ ਠੀਕ ਹੈ ਫੋਲੋ ਕਰਨੇ ਤੁਸੀਂ ਉਹਨਾਂ ਨੂੰ ਪਤਾ ਨਹੀਂ ਹੁੰਦੀ ਕਿ ਨਹੀਂ ਹੁੰਦੀ ਇੰਨੇ ਲੋਕਾਂ ਨੂੰ ਮਤਲਬ ਕਿ ਹਰਾ ਕੇ ਅੱਗੇ ਪਹੁੰਚੇ ਹੋ ਠੀਕ ਹੈ ਇਹਦਾ ਮਤਲਬ ਕੁਛ ਤਾਂ ਲਾਈਫ ਦਾ ਬਹੁਤ ਸਾਰਾ ਐਕਸਪੀਰੀਅੰਸ ਤੁਹਾਡੇ ਕੋਲ ਅਤੇ ਉਹੀ ਐਕਸਪੀਰੀਅੰਸ ਚੂ ਜਿਹੜਾ ਮੈਰਿਡ ਲਾਈਫ ਵਾਲਾ ਐਕਸਪੀਰੀਅੰਸ ਹੈ ਨਾ ਉਹ ਤੁਸੀਂ ਭਾਜੀ ਨੂੰ ਦੇਣਾ ਕਿ ਕਿਹੜੇ ਟਿਪਸ ਨੇ ਅਤੇ ਉਹ ਆਪਣੀ ਵੋਟੀ ਨੂੰ ਇੱਦਾਂ ਕੁਛ ਰੱਖ ਲੈਣਗੇ ਸ਼ੈਂਪੀ ਬੇਟਾ
ਸੋਚਾ ਨਹੀਂ ਪਾ ਸਕਦਾ ਸਾਡੀ ਫਿਰ ਸਵਾਲ ਹੀ ਬੜਾ ਔਖਾ ਮੈਨੂੰ ਵੀ ਪਤਾ ਬਸ ਵਹੁਟੀ ਨੂੰ ਕਿੱਦਾਂ ਖੁਸ਼ ਰੱਖਣਾ, ਸਾਡੀਆਂ ਦੇ ਬਲੈਸਿੰਗ ਲੈ ਕੇ ਦੋਨੋਂ ਬੱਚੇ ਆਪਸ ਖੁਸ਼ ਰਹਿਣ, ਉਹ ਉਹਨੂੰ ਖੁਸ਼ ਰੱਖੇ, ਉਹ ਉਹਨੂੰ ਖੁਸ਼ ਰੱਖੇ, ਇੱਕ ਦੂਜੇ ਦੇ ਆਪਸ ਵਿੱਚ ਅੰਡਰਸਟੈਂਡਿੰਗ ਰਹੇ, ਇੱਕ ਦੂਜੇ ਨੂੰ ਖੁਸ਼ ਰੱਖਣ, ਪੇਰੈਂਟਸ ਨੂੰ ਖੁਸ਼ ਰੱਖਣ, ਫੈਮਿਲੀ ਦੇ ਵਿੱਚ ਖੁਸ਼ਹਾਲੀ ਰਹੇ। ਥੈਂਕ ਯੂ। ਵੈਸੇ ਨਾ ਸਵਾਲ ਸੀਗਾ ਕਿੱਦਾਂ ਆ ਜਾਈਏ ਮੈਮ, ਦੋ ਕਦਮ ਆ ਗਿਆ ਜਾਈਏ, ਟੂ ਇੱਕ ਹੋਰ, ਸਾਢੇ ਤਿੰਨ ਲੈ ਲਓ, ਸਾਢੇ ਤਿੰਨ ਲੈ ਲਓ, ਇੱਕ ਹੋਰ ਸਾਢੇ, ਕਿਆ ਬਾਤ ਹੈ। ਠੀਕ ਹੈ ਮੈਮ, ਟਿਪਸ ਭਾਅ ਜੀ ਨੂੰ ਕਿ ਕਿਵੇਂ ਖੁਸ਼ ਰੱਖਿਆ ਜਾਂਦਾ ਆਪਣੀ ਬੋਟੀ ਨੂੰ। ਓਕੇ, ਅੱਛਾ ਤੁਸੀਂ ਸਾਰੀਆਂ ਇੰਨੀਆਂ ਖੁਸ਼ ਹੋ, ਇਹਦਾ ਮਤਲਬ ਕਿ ਤੁਹਾਡੇ ਹਸਬੈਂਡ ਤੁਹਾਨੂੰ ਖੁਸ਼ ਰੱਖਿਆ ਹੋਇਆ, ਤੇ ਤੁਸੀਂ ਬੜੇ ਈਜ਼ੀਲੀ ਟਿਪ ਦੇ ਸਕਦੇ ਹੋ, ਕੋਈ ਹਾਰਡ ਨਹੀਂ ਹੈਗਾ ਇੰਨਾ, ਤੁਸੀਂ ਦੇ ਸਕਦੇ ਹੋ ਟਿਪ, ਤੁਸੀਂ ਕਿਉਂ ਨਹੀਂ ਦੇਣਾ ਚਾਹੁੰਦੇ? ਈਵਨ ਇਹਦੇ ਵਿੱਚ ਸਗੋਂ ਤੁਹਾਡੇ ਹਸਬੈਂਡ ਦੀ ਪ੍ਰੇਜ਼ ਵੀ ਹੋਏਗੀ। ਜੈਂਟਸ ਨੂੰ ਜੇ ਮੈਂ ਹੱਥ ਵੀ ਲਾਇਆ ਤਾਂ ਬੋਤਲ ਮਾਰਦੇ ਨਹੀਂ ਮੇਰੇ ਨਾਲ, ਇਸ ਕਰਕੇ ਮੈਂ ਗਰਲਸ ਨੂੰ ਬੁਲਾਇਆ, ਜੈਂਟਸ ਨੂੰ ਨਹੀਂ ਬੁਲਾ ਰਿਹਾ ਮੈਂ। ਜਿਹੜਾ ਸਵਾਲ ਹੈ ਤੇ ਜੈਂਟਸ ਵਾਲਾ, ਪੁੱਛ ਮੇਰੇ ਘਰ ਵਾਲੇ ਨੂੰ ਕਿੱਦਾਂ ਖੁਸ਼ ਰੱਖਦੇ, ਆਵਾਜ਼ ਮਾਰ ਉਧਰੋਂ, ਸ਼ਾਲੂ ਜੀ ਦੇ ਹਸਬੈਂਡ ਨੂੰ ਬੁਲਾ, ਦੇਖਿਓ ਕਿੱਦਾਂ ਦੱਸਣ, ਕਿੱਦਾਂ ਅਸੀਂ ਖੁਸ਼ ਰੱਖਦੇ ਹਾਂ, ਅਸੀਂ ਕਿੰਨੀਆਂ ਲੱਕੀ ਹੈ ਕਿ ਉਹ ਸਾਨੂੰ ਖੁਸ਼ ਰੱਖਦੇ ਆ। ਕੇਪੀ ਸਰ, ਹੁਣ ਤਾਂ ਦੋ ਦੋ ਲੱਗੇ ਵੀ ਆ, ਜ਼ਿਆਦਾ ਵਾਰ ਨਿਕਲ ਗਏ। ਚਲੋ ਠੀਕ ਹੈ, ਕੇਪੀ ਸਰ, ਕੇਪੀ ਸਰ ਐਂਡ ਸ਼ਾਲੂ ਮੈਮ ਦੇ ਹਸਬੈਂਡ, ਨਾਮ ਉਹਨਾਂ ਦਾ ਮਿਸਟਰ ਵਿਵੇਕ ਖੰਨਾ। ਹਾਂ ਮਿਸਟਰ ਵਿਵੇਕ ਖੰਨਾ, ਜਲਦੀ ਸੇ ਆ ਜਾਓ। ਕੇਪੀ ਸਰ ਐਂਡ ਮਿਸਟਰ ਵਿਵੇਕ ਸ਼ਰਮਾ ਖੰਨਾ, ਸੋਰੀ ਭਾਵਨਾ ਮੈਂ ਬਹਿ ਗਿਆ ਤਾਂ, ਭਾਵਨਾ ਮੈਂ, ਕੋਈ ਬਾਤ ਨਹੀਂ, ਆਪ ਕਰੈਕਟ, ਇਸ ਲਈ ਆਪਕੇ ਪਾਸ ਕਰੋਗੇ, ਕਰੈਕਟ ਕਰ ਦਿਓ ਸਾਥ ਸਾਥ ਮੈਂ। ਠੀਕ ਹੈ, ਖੰਨਾ ਸਰ ਐਂਡ ਕੇਪੀ ਸਰ, ਮੈਂ ਚੱਲਦਾ ਭਰਾਵਾ, ਮੈਂ ਚੱਲਦਾ। ਖੰਨਾ ਸਰ ਵੈਲਕਮ, ਕੇਪੀ ਸਰ ਦੁਬਾਰਾ ਸੇ ਮਿਲ ਰਹੇ ਹਾਂ, ਹੱਥ ਤੇ ਛੱਡ ਦਿਓ ਸਰ, ਮੇਰਾ ਕਿੰਨਾ ਹੀ ਘੁੱਟਦਾ ਸਰ ਨੇ। ਸਰ ਇੱਥੇ ਉਹ ਸਾਰਿਆਂ ਨੂੰ ਪੁੱਛ ਰਹੇ ਹਾਂ ਕਿ ਮਤਲਬ ਕਿ ਆਪਣੀ ਵੋਟੀ ਨੂੰ ਕਿਵੇਂ ਖੁਸ਼ ਰੱਖਿਆ ਜਾਂਦਾ, ਕਿਉਂਕਿ ਭਾਜੀ ਦਾ ਵਿਆਹ ਹੈ ਤੇ ਇਹ ਟਿਪਸ ਉਹਨਾਂ ਦੇ ਕੰਮ ਆਉਣ ਵਾਲੇ ਨੇ ਬਹੁਤ ਜ਼ਿਆਦਾ। ਠੀਕ ਹੈ, ਤੇ ਵੱਡਿਆਂ ਦੇ ਨਾਲ ਅੱਜ ਕੱਲ੍ਹ ਦੇ ਨਿਆਣੇ ਬਹਿੰਦੇ ਨਹੀਂ ਹੈਗੇ, ਉਹ ਤੇ ਸਿਰਫ ਇੱਕੋ ਜਗ੍ਹਾ ਬਹਿੰਦੇ ਆ, ਕਿੱਥੇ ਬਹਿੰਦੇ ਆ, ਫੇਸਬੁੱਕ ਦੇ ਅੱਗੇ, ਇਹਦੇ ਭਾਈ ਇਹ ਭਾਈ ਜ਼ਿਆਦਾ ਬਹਿੰਦੇ ਨੇ। ਠੀਕ ਹੈ, ਇੱਦਾਂ ਦੇ ਟਿਪਸ ਦੱਸਣੇ ਪਹਿਲੇ ਤੁਸੀਂ, ਫਿਰ ਖੰਨਾ ਸਰ, ਕਿ ਕਿਵੇਂ ਖੁਸ਼ ਰੱਖਿਆ ਜਾਂਦਾ ਕਿ ਆਪਣੀ ਵਾਈਫ ਨੂੰ। ਖੰਨਾ ਸਾਹਿਬ, ਖੰਨਾ ਸਾਹਿਬ ਸਰ, ਤੁਸੀਂ ਪਹਿਲਾਂ ਕੀ ਟਿਪਸ ਦੇਣੇ, 10 ਦਿਓ, 15 ਦਿਓ, 20 ਦਿਓ, ਜਿੰਨੇ ਤੁਸੀਂ ਦਿਓਗੇ ਟਿਪਸ, ਉਨੇ ਉਹਨਾਂ ਵਾਸਤੇ ਹੈਲਪਫੁਲ ਹੋਣਗੇ ਆਉਣ ਵਾਲੀ ਲਾਈਫ ਦੇ ਵਿੱਚ। ਬਸ ਇੱਕੋ ਹੀ ਗੱਲ ਯਾਦ ਰੱਖਣੀ ਹੈ, ਮੂੰਹੋਂ ਕੁਛ ਬੋਲਣਾ ਨਹੀਂ, ਟਿੱਕਾ ਕਦੀ ਤੋੜਨਾ ਨਹੀਂ। ਸਾਰੀ ਦੁਨੀਆ ਘੁੰਮਾ, ਘਰ ਆ ਕੇ ਕਹਿਣਾ ਤੇਰੇ ਤੋਂ ਵਧੀਆ ਕੋਈ ਹੈ। ਮੇਰੀ ਤੇ ਵਾਕਈ ਬਹੁਤ ਵਧੀਆ,
ਇੱਦਾਂ ਕਹੀ ਜਾਵੇ, ਇੱਦਾਂ ਹੀ ਕਹੀ ਜਾਣਾ ਠੀਕ ਹੈ। ਬਾਕੀ ਜ਼ਿੰਦਗੀ ਦਾ ਇੱਕ ਅਸੂਲ ਬੜਾ ਵਧੀਆ ਹੈ, ਖੁਸ਼ ਰੱਖੋ ਤੇ ਖੁਸ਼ ਰਹੋ। ਜਦੋਂ ਤੁਸੀਂ ਖੁਸ਼ ਰੱਖੋਗੇ ਨਾ ਤੇ ਪਰਮਾਤਮਾ ਤੁਹਾਡੇ ਤੇ ਇਹੋ ਜਿਹੀ ਕਿਰਪਾ ਕਰਦਾ ਕਿ ਹਮੇਸ਼ਾ ਹੀ ਖੁਸ਼ੀਆਂ 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 ਦਿੰਦਾ। ਇਸ ਤੋਂ ਵੱਡੀ ਕੋਈ ਗੱਲ ਨਹੀਂ ਹੈਗੀ। ਥੈਂਕ ਯੂ ਸੋ ਮਚ ਸਰ। ਮਤਲਬ ਆਹ ਵਾਲੀ ਗੱਲ ਤਾਂ ਮੈਨੂੰ ਬਿਲਕੁਲ ਦਿਲ ਤੋਂ ਚੱਜ ਗਈ ਕਿ ਜੋ ਮਰਜ਼ੀ ਹੋ ਜਾਏ ਕਹਿਣਾ ਹੈ ਨਾ ਨਾ ਤੇਰੇ ਅਗਰ ਤੇ ਹੈ ਹੀ ਕੋਈ। ਸਮਾਈਲਿੰਗ ਫੇਸ ਦਾ, ਇਹ ਗਲੋਇੰਗ ਫੇਸ ਦਾ ਕਾਰਨ ਇਹ ਹੈ ਕਿ ਤੇਰੇ ਵਰਗਾ ਤੇ ਹੈ ਹੀ ਕੋਈ ਨਹੀਂ। ਅੱਛਾ ਇੱਕ ਵਾਰੀ ਸਾਰੇ ਕਰਨਗੇ, ਤੇਰੇ ਵਰਗਾ ਹੈ ਕੋਈ ਨਹੀਂ, ਠੀਕ ਹੈ 3 2 1 ਤੇਰੇ ਵਰਗਾ ਤੇ ਭਾਜੀ। ਪਹਿਲਾ ਟਿਪ ਸੀਗਾ ਚੰਗੀ ਤਰ੍ਹਾਂ ਯਾਦ ਕਰਨਾ, ਤੇਰੇ ਵਰਗਾ ਤੇ ਹੈ ਕੋਈ ਨਹੀਂ, ਠੀਕ ਹੈ ਰਾਈਟ। ਚਲੋ ਸਰ ਤੁਹਾਡੀ ਵਾਰੀ। ਪਰ ਮੈਂ ਵੀ ਖੰਨਾ ਸਾਹਿਬ ਦੇ ਪੂਰਨਿਆਂ ਦੇ ਤੋਰ ਰਿਹਾ। ਜੇ ਫਿਰ ਵੀ ਗੱਲ ਨਾ ਬਣੇ ਤਾਂ ਫਿਰ ਕਹਿਣਾ ਅੱਛਾ ਬਹੁਤ ਦਿਨ ਹੋ ਗਏ ਸੂਟ ਲਏ ਨੂੰ, ਹੁਣ ਅੱਜ ਦੱਸੋ ਕਿਹੜਾ ਸੂਟ ਲੈਣ। ਸਭ ਤੋਂ ਵੱਡੀ ਵੀਕਨੈਸ ਆ ਗਹਿਣੇ ਤਾਂ ਸੂਟ ਲੇਡੀ ਦੀ, ਜਿਹੜੇ ਰਹਿੰਦੀ ਸਹਿੰਦੀ ਕਸਰ ਉੱਧਰ ਪੂਰੀ ਹੋ ਜਾਣੀ ਹੈ। ਠੀਕ ਹੈ ਜੀ ਬਸ ਚੱਲੀਏ ਹੁਣ। ਸੈਕਿੰਡ ਟਿਪ ਸੋਹਣੇ ਸੋਹਣੇ ਸੂਟ ਲੈ ਕੇ ਦੇਣਾ ਹੈ ਨਾ, ਇਹ ਚੀਜ਼ ਹੈ ਭਾਜੀ। ਸੂਟ ਲੈਣ ਲੱਗੀ ਹੋਣੀ ਚਾਹੀਦੀ ਸੂਟਾਂ ਦੀ, ਠੀਕ ਹੈ ਨਾ। ਵੈਸੇ ਤਾਂ ਗਰਲਸ ਨੂੰ ਥੋੜ੍ਹੀ ਕਿਤੇ ਕੋਈ ਚੀਜ਼ ਪਸੰਦ ਨਹੀਂ ਆਉਂਦੀ ਹੈ ਨਾ, ਮੈਂ ਪਸੰਦ ਦੀ ਗੱਲ ਕਰਾਂ ਤਾਂ ਗਰਲਸ ਨਾ ਕਲਰਸ ਦੇ ਮਾਮਲੇ 'ਚ ਨਾ ਬਹੁਤ ਚੂਜ਼ੀ ਹੁੰਦੀਆਂ। ਇੱਕ ਕੁੜੀ ਦਵਾਈ ਲੈਣ ਗਈ ਦੁਕਾਨ 'ਤੇ, ਕਹਿੰਦੀ ਮੈਨੂੰ ਹੈੱਡ ਏਕ ਕੀ ਮੈਡੀਸਿਨ ਦੇਣਾ, ਉਹਨੇ ਗੋਲੀ ਦਿੱਤੀਆਂ ਚਿੱਟੀਆਂ, ਕਹਿੰਦੀ ਇਸਵੀਂ ਪਿੰਕ ਕਲਰ ਨਹੀਂ ਦੱਸੋ। ਮਤਲਬ ਉੱਥੇ ਵੀ ਉਹਨਾਂ ਨੂੰ ਪਿੰਕ ਕਲਰ ਚਾਹੀਦਾ, ਠੀਕ ਹੈ। ਥੈਂਕ ਯੂ ਸੋ ਮਚ। ਦੋ ਟਿਪ ਭਾਜੀ, ਇੱਕ ਤਾਂ ਤੇਰੇ ਵਰਗਾ ਤਾਂ ਹੈ ਹੀ ਕੋਈ ਨਹੀਂ, ਦੂਜਾ ਰਾਈਟ। ਥੈਂਕ ਯੂ ਸੋ ਮਚ ਸਰ, ਮੈਨੂੰ ਪਤਾ ਤੁਸੀਂ ਦਿਲ 'ਤੇ ਪੱਥਰ ਰੱਖ ਕੇ ਗੱਲਾਂ ਬੋਲੀਆਂ ਨੇ। ਮੈਨੂੰ ਹਰ ਜਗ੍ਹਾ ਹੀ ਪੁੱਛਦੇ ਤੇ ਜਦੋਂ ਮੈਨੂੰ ਪੁੱਛਦੇ ਤੇ ਮੈਂ ਕਹਿੰਦਾ ਚੰਗਾ ਭਾਜੀ। ਇਹ ਜਿਹੜੀਆਂ ਗੱਲਾਂ ਹੈ ਨਾ, ਹਾਂਜੀ ਹਾਂਜੀ, ਵਿਆਹ ਬੰਦਾ ਕਰ ਹੀ ਨਹੀਂ ਸਕਦਾ। ਹਾਂਜੀ ਸਰ, ਖੰਨਾ ਸਰ ਸੌਂਗ, ਕਲੈਪ ਫੋਰ ਖੰਨਾ ਸਰ। ਦੇਖੋ ਮਤਲਬ ਦੋਨੋਂ ਸਮਾਈਲ ਕਰ ਰਹੇ ਹੋ, ਮਤਲਬ ਇਤਨਾ ਅੱਛਾ ਕੰਬੀਨੇਸ਼ਨ ਹੈ, ਡਾਂਸ ਔਰ ਸਿੰਗਿੰਗ ਤਾਂ ਹੋਏਗੀ ਹੈ ਨਾ, ਉਹ ਤਾਂ ਆਬਵੀਅਸ ਹੀ ਥਿੰਗ ਹੈ, ਤਾਂ ਆਪ ਗਾਣਾ ਤਾਂ ਗਾਏਗੇ ਹੀ ਹੈ ਨਾ। ਚਲੀ ਸਰ, ਸਟੇਜ ਇਜ਼ ਯੋਰ, ਮਾਈਕ ਇਜ਼ ਯੋਰ, ਰੱਬ ਦਾ ਸਟੇਜ। ਯਾਰ ਐਸਾ ਕੌਨ ਸਾ ਗਾਣਾ ਵੀ ਮੈਂ ਗਾਣਾ ਗਾਉਂ ਔਰ ਉਹ ਹੀ ਡਾਂਸ ਕਰੇ ਹੈ। ਚਲੋ ਆਈ ਵਿਲ ਸਿੰਗ ਦ ਸੌਂਗ ਐਂਡ ਸ਼ੀ ਵਿਲ ਡਾਂਸ ਵਿਦ ਮੀ, ਰਾਈਟ। Simple, I would sing one or two lines only. Jab koi baat bigad jaye, jab koi mushkil pad jaye, tum dena saath mera, o hum nawa, na koi hai na koi tha, ਜ਼ਿੰਦਗੀ ਮੇ ਤੁਮਾਰੇ ਸਿਵਾ, ਤੁਮ ਦੇਨਾ ਸਾਥ ਮੇਰਾ, ਓ ਹਮ ਨਵਾ। ਥੈਂਕ ਯੂ ਸੋ ਮਚ, ਕਿਆ ਬਾਤ ਹੈ ਸ਼ਮੀ, ਆਲ ਦਾ ਬੈਸਟ, ਵੈਰੀ ਫਾਰ ਅ ਵੰਡਰਫੁਲ ਲਾਈਫ ਹੈ। ਵੀਰੇ ਆਪੇ ਪਿਆਲਾ ਜਿਹੜੇ ਕੋ ਯਹੀ ਗਾਣਾ ਗਾ ਕੇ।
ਸਾ ਥੈਂਕ ਯੂ ਸੋ ਮਚ ਅਨਿਲ ਸ਼ਰਮਾ ਸਰ। ਅਨਿਲ ਸਰ ਵੋ ਤੋ ਕੀਆ ਨਹੀਂ ਵੋ ਕੀਆ ਨਹੀਂ।